ਵਿਹਲੀ ਖਿਆ ਚੱਕੂੰਗੀ ਗੰਢ ਬਣਿਆ ਪਿਆ ਅੱਬੂ ਵਿਆਹ ਛੁੜੇਂਦੇ ਤੇ ਇਹ ਨਹੀਂ ਕਰੇਂਦੇ ਵਾ ਕਿਸੇ ਕੋ ਬਾਹਰ ਨੂੰ ਸਦਾ ਤੇ ਲਿਬਾ ਲਵੀਏ ਇਦੂ ਚਾਹ ਕੇ ਉਧਰ ਸੱਟ ਤੇ ਉਧਰ ਚਾਹ ਕੇ ਇਧਰ ਸੱਟ ਹਰ ਚੀਜ਼ ਜਿਹੜੀ ਰਹੀ ਹੋਵੇ ਅਭਾਈ ਨੱਥੀ ਪਈ ਹੈ ਮਿੱਟੀ ਉਹ ਮਿੱਟੀ ਹਰ ਚੀਜ਼ ਹੋਈ ਪਈ ਹੈ ਵੀ ਵਾਰੀ ਆਖਿਆ ਵੀ ਅੱਬੂ ਕਿਸੇ ਨੂੰ ਸੱਦੀ ਲਿਆਓ ਕੋਈ ਮਹੱਲੇ ਦੇ ਵਿੱਚ ਆ ਕੇ ਤੇ ਇੱਕ ਵਾਰੀ ਲਿੰਬ ਕੇ ਦੇ ਜਾਵੇ ਤੂੰ ਠੱਡ ਪੈ ਗਈ ਹੈ ਚੰਗਾ ਭਲਾ ਹੋਣ ਜਿਹੜਾ ਹੈ ਨਾ ਰਾਤੀ ਬਾਹਰ ਪਾਲਾ ਲੱਗਦਾ ਅੱਬੂ ਦੇ ਵੀ ਆਉਣ ਦਾ ਟਾਈਮ ਹੈ जट बन का ਹੁਣ ਲਾਇਆ ਉਹ ਕੁਬਾਰ ਨੂੰ ਗਾਰਾ ਕੋਈ ਨੇ ਬਣਵਾਇਆ ਤੇ ਕੋਈ ਨੇ ਲਿਮਾਈਂਦੇ ਪਰ ਤੂੰ ਖੜ ਪਏ ਗਏ ਮੇਰਾ ਪਰ ਕੁਬਾਰ ਨੂੰ ਮੈਂ ਆ ਕੇ ਆਇਆ ਉਹ ਸਕਿਆ ਦੋ ਮੇਰਾ ਮੈਂ ਟਾਈਮ ਮੈਂ ਦਿੱਤਾ ਹੋਇਆ ਹੈ ਦੋ ਦਿਹਾੜੀਆਂ ਤੇ ਖੱਟੋ ਤੇ ਉਤਰੀ ਦੀਵਾਰ ਮੈਂ ਤੁਹਾਡੇ ਆ ਲਾ ਜਾ ਸਕ ਇਸ ਤੇ ਦਿਹਾੜੀ ਦੇ ਤਾਂ ਬਾਹਰ ਇਦਾਂ ਨੇਰ ਗੁੱਲਾ ਖਲਾਇਆ ਵੀ ਇਹ ਬੰਦਾ ਬੰਦਾ ਦਾ ਨਜ਼ਰ ਨੇ ਉਹਦਾ ਭੂਤ ਬਣਿਆ ਖਲੋ ਤਾਂ ਬੰਦਾ ਇਹ ਡਰ ਬਣਿਆ ਸੋਚਾ ਇਹ ਰੱਬੀ ਬਾਰਿਸ਼ ਕੋਤ ਰਾ ਗਈ ਨੂੰ ਸਾਡੀ ਛੱਤੂ ਵਹਿਣ ਲੱਗ ਪਉਣਾ ਅਬੂ ਇਹ ਦੀ ਤੇ ਛੱਤ ਕੋਈ ਨਹੀਂ ਵਾਂਦੀ ਤੇ ਉਹਦੀ ਛੱਤ ਵਾਂਦੀ ਹੈ ਕੋਠੀ ਦੀ ਸਾਰੀ ਵੇਦੇ ਪਏ ਹੋ ਹਰ ਸ਼ਾਇ ਇੱਕ ਤਾਂ ਮੈਂ ਸਾਟੀ ਉਦਾਈ ਬੈਠੀ ਹਾਂ ਤੇ ਜੀ ਅੱਜ ਵੀ ਇਹ ਨਾ ਲਿੰਬੀ ਵਿਆ ਹਾਂ ਤੇ ਇਹ ਤਾਂ ਮੋ ਸਾਰੀ ਰਾਤ ਹਰ ਸ਼ਾਇ ਉਦੇ ਵੀ ਤਰਕ ਜਾ ਸੀ ਗਈ ਦੇ ਅੱਗੇ ਘਟੜ ਘਟੜ ਹੋਇਆ ਪਿਆ ਸਾਰਾ ਅੱਛਾ ਹੁਣ ਜੇ ਦੋਵੇਂ ਦੇ ਉਹ ਪਿਆਦਾ ਕੋ ਬਾਹਰ ਤੇ ਮੈਂ ਉਹ ਤੋਂ ਮਤਰੀਏ ਦੇ ਆਉਣਾ ਹੁਣ ਉਹਨੂੰ ਕੀ ਆਖੀਏ ਮੈਂ ਦੰਮੇ ਵੀ ਗਿਆ ਉਹਦੀ ਘਰ ਦੀ ਨੂੰ ਵੀ ਅੰਬਿਆਵਾ ਆਖਿਆ ਮੈਂ ਤੂੰ ਚਾਰ ਸਫਾਰਾ ਚੱਕਾ ਰਹਾਂ ਕਿਉਂਕਿ ਘਰ ਦੀ ਸਫਾਰਾ ਜਲਿੰਦੀ ਹੈ ਨਾ ਪੁੱਤਰ ਅੱਬੂ ਤੇ ਉਹ ਕੋਈ ਹੋਰ ਥੇ ਕੋਈ ਨਹੀਂ ਕੋ ਬਾਹਰ ਦੂਵੇ ਵਗ ਜਾਂਦੇ ਦਿਹਾੜੀ ਤੇ ਉਹਨਾਂ ਲੈ ਠੇਕ ਕੇ ਉਸਾਰੀ ਦੇ ਪੁੱਤਰੋ ਇਹੋ ਇੱਕੋ ਲੈਂਬੀ ਵਾਲਾ ਕਰਿੰਦਾ ਹੈ ਹੁਣ ਉਹਦੇ ਮਗਰ ਬਤਰਲੇ ਬਹੁ ਕੀਤੇ ਖੋਤਾ ਲਾਬੂ ਉਹਨਾਂ ਜਿਹੜੀ ਨਹੀਂ ਉੱਥੇ ਰਹੋ ਅਬ ਮਹੱਲੇ ਦੇ ਵਿੱਚ ਇਸ ਕਿਸੇ ਦਾ ਕੰਮ ਹੋਵੇ ਥੋੜਾ ਬਹੁਤ ਕਰ ਜਾਣੀ ਹਾਂ ਹਾਂ ਅਬੂ ਉਹਨੂੰ ਸਾਥ ਚਾਹੀਦੇ ਵੇਖੇ ਨਾ ਕੇ ਸਾਰੀ ਹਾਲਾ ਕੋਈ ਕਿਸੇ ਦੀ ਬਹੁਤ ਛੱਡੇ ਕਮਲੀ ਆ ਜਿਸ ਵਕਤ ਮੈਨੂੰ ਪਤਾ ਹੁੰਦਾ ਹੈ ਨਾ ਬਾਈ ਕਪੜੇ ਸਪੜੇ ਧੋਵਣ ਵਾਲੇ ਮੈਂ ਉਹਨੂੰ ਆਪੇ ਆਖ ਲੈਣਾ ਤੇ ਇਹ ਤਾਂ ਆ ਮੈਂ ਲਿਖ ਕੇ ਉਹ ਮੈਂ ਨਸੀ ਪੂਰੇ ਦੋ ਗਿਲਾਸ ਪੀਤੇ ਹਾਂ ਦਿਲ ਕਰੇ ਬੁਨ ਕੇ ਖਾਵੇ ਤਾਂ ਮੁੜੋ ਇਤਨੇ ਨਾਲੇ ਮੇਰੇ ਦੀ ਪੜਦੀ ਪਈ ਏ ਮੁੜੇ ਨਾ ਹੋਵੇ ਕਿਆ ਜੱਟਾਂ ਵਾਲਿਆਂ ਕੰਮਾਂ ਤੋਂ ਦੂਰ ਰਵੇ ਹੁਣ ਤਾਂ ਮੈਨੂੰ ਸਾਰੇ ਵਾਲ ਲਾਉਂਦੇ ਦੁੱਧ ਰਿੜੇਕ ਲੈਣੀ ਆ ਬੌਖਰ ਦੇ ਲੈਣੀ ਆ ਬਸ ਇੱਕ ਮਿੰਟ ਗੋਆ ਮਾਰਨ ਲਈ ਵਾਲਾ ਵਿੱਚ ਬੋ ਆਉਂਦੀ ਉਹ ਵੇਖ ਮੱਝੀ ਦਾ ਪਿਸ਼ਾਬ ਹੀ ਤੇ ਹੁੰਦਾ ਹੈ ਕਮਲੀਏ ਕਮਲੀਏ ਜਿਹੜਾ ਨਾ ਮੱਝੀ ਦਾ ਪਿਸ਼ਾਬ ਉਹ ਏਡਾ ਕੀਮਤੀ ਹੁੰਦਾ ਹੈ ਦੁੱਧ ਕਾਢਣ ਵਾਸਤੇ ਨਾ ਥਾਪੀਆਂ ਥੱਪੇ ਨਾ ਤੇ ਏਡਾ ਸੋਹਣਾ ਕੱਢਦਾ ਹੈ ਕਦੀ ਤੇ ਹਾਂ ਕਦੀ ਕਦੀ ਪਰ ਉਹ ਨਾ ਇਹਨਾਂ ਵਿੱਚ ਮੇਰੇ ਇੱਥੇ ਨੌਵਾਂ ਦੇ ਵਿੱਚ ਵੜ ਜਾ ਮੈਂ ਕਰਨ ਖੁਸ਼ਬੂ ਆਉਂਦੀ ਨਾਲੇ ਪੁੱਤਰ ਜਿਹੜੇ ਨਾ ਪਿਓ ਜਿਸ ਵਕਤ ਆਵੇ ਨਾ ਉਹਦੇ ਸਿਰ ਦੇ ਉੱਤੇ ਕੱਪੜਾ ਕੀਤਾ ਹੈ ਛਿਲਕਣਾ ਜਿਹਾ ਲੈ ਜਾਂਦਾ ਆ ਹਰ ਵੇਲੇ ਆਹ ਮੈਂ ਹੁਣ ਤਕਲੀਫ ਕੀਤਾ ਸੀ ਤੇਰਾ ਪਿਓ ਰੋਲ ਕੇ ਮਰ ਜਾਵੇ ਅੱਲਾ ਨਾ ਕਰੇ ਅੱਬੂ ਨਾ ਆਖਿਆ ਕਰੋ ਅੱਲਾ ਤੁਹਾਨੂੰ ਮੇਰੀ ਵੀ ਉਮਰ ਲਾ ਸੱਟੇ ਅੱਲਾ ਤੁਹਾਨੂੰ ਸੋਹਣੀ ਦੀ ਸਵਾਣੀ ਦੇਵੇ ਅੱਲਾ ਮੈਨੂੰ ਹੋਰ ਦੇਗ ਸਾਰੇ ਬਹਿਣ ਦੀ ਰਾਹ ਦੇ ਇਸ ਤੋਂ ਸਾਰਾ ਜਿਹੜਾ ਹਿਸਾਬ ਕਿਤਾਬ ਹੀ ਗਲਤ ਕਰ ਸਕਿਆ ਕਿਉਂਕਿ ਤੇਰੀ ਉਮਰ ਅੱਗੇ ਅਜੇ ਮੇਰੇ ਢੇਰ ਸਾਰੀ ਪਈ ਹੈ
ਤੇ ਮੇਰੀ ਉਮਰ 4 ਦਿਨ ਨੇ ਅੱਲਾ ਪਾਕ ਕਰੇ ਮੇਰੀ ਉਮਰ ਅੱਲਾ ਪਾਕ ਮੈਂ ਤਾਂ ਕਿਸੇ ਨੇ ਮੈਂ ਆਪਣੀ ਉਮਰ ਦੇ ਸਤਵਾਨ ਨੂੰ ਤੁਹਾਡੀ ਉਹ ਸੀ ਲੰਬੀ ਉਮਰ ਤੇ ਜਦੋਂ ਤੁਸੀਂ ਦੁਆ ਕਰੇ ਸੋ ਮੇਰੀ ਆਪੇ ਲੰਬੀ ਉਮਰ ਹੋ ਜਾਵੇ ਕਿਉਂਕਿ ਜਦੋਂ ਮਾਂ ਪਿਓ ਅੱਬਾ ਦੁਆ ਕਰਿੰਦਾ ਹੈ ਨਾ ਉਦੋਂ ਔਲਾਦ ਨੂੰ ਕਦੀ ਕੁਝ ਨਹੀਂ ਬੋਲਦਾ ਇਨਸ਼ਾ ਅੱਲਾ ਕਦੀ ਵੀ ਕੁਝ ਨਹੀਂ ਹੁੰਦਾ ਅਜੇ ਪੁੱਤਰੋ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਅੱਜ ਤਾਈਂ ਮਾਂ ਦੀ ਕਮੀ ਮਹਿਸੂਸ ਨਹੀਂ ਹੋਵਣ ਦਿੱਤੀ ਤੇ ਨਾ ਹੋਵਣ ਦੇਵਣੀ ਪਰ ਇੱਕ ਗੱਲ ਯਾਦ ਰੱਖੀ ਮੇਰਾ ਪੁੱਤਰ ਦੁਨੀਆਂ ਦੀ ਹਰ ਖੁਸ਼ੀ ਜਿਵੇਂ ਵੀ ਹੋਏ ਮੈਂ ਤੇਰੀ ਘਰ ਪੂਰੀ ਕਰ ਸਕਾਂ ਜਿਹੜੀ ਸ਼ਾਇਦ ਹੀ ਤੈਨੂੰ ਜ਼ਰੂਰਤ ਹੋਵੇ ਮੈਂ ਆਪਣੇ ਦੀ ਨੂੰ ਘਰ ਲਿਆ ਕੇ ਦੇ ਸਾਂ ਪਰ ਉਹਦੇ ਬਦਲੇ ਇੱਕ ਗੱਲ ਕਿ ਆਪਣੇ ਪਿਓ ਦੀ ਇੱਜ਼ਤ ਨਾ ਰੋਵੇ ਨਾ ਰੋਲਣ ਦੇ ਸੋਚੀ ਕਿਉਂਕਿ ਮੇਰਾ ਪੁੱਤਰ ਜੇ ਉਹਦੇ ਨਾਲ ਗੈਰਤਮੰਦ ਮਾਂ ਪਿਓ ਉਹ ਕਦੇ ਬੇਗੈਰਤੀ ਦਾ ਰੰਗ ਨਹੀਂ ਵੇਖ ਕੇ ਨਾ ਜੀ ਸਕਦੇ ਅਤੇ ਨਾ ਮਰ ਸਕਦੇ ਉਹ ਵਕਤ ਆਉਣ ਤੋਂ ਪਹਿਲੇ ਅਲੀਆ ਅਲੀਆ ਪੁੱਤਰ ਤੂੰ ਲੱਸੀ ਇਤਨੀ ਕਿਉਂ ਪੀਂਦੀ ਹੈ ਮੈਂ ਗੱਲ ਕਰੇ ਨਾ ਤੂੰ ਸਾਂਹ ਜਾਂਦੀ ਹੈ ਬਾਬੂ ਆਪ ਆਖਦੇ ਹੋ ਲੱਸੀ ਜਿਹੜੀ ਹੈ ਨਾ ਇਹ ਗੁਰਦੇ ਵਾਸ ਕਰੇਂਦੀ ਹੈ ਇਹ ਚੰਗੀ ਹੁੰਦੀ ਹੈ ਅੱਛਾ ਇਹ ਦੱਸ ਜਿਹੜੀ ਗੱਲ ਮੈਂ ਹੁਣ ਕੀਤੀ ਹੈ ਉਹ ਤਾਂ ਸੁਣੀ ਹੈ ਕਿ ਸਾਂਹ ਗਈਆਂ ਉਸ ਵੇਲੇ ਤੁਸੀਂ ਮੈਨੂੰ ਆਖਿਆ ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਤੇਰੀ ਲੰਮੀ ਉਮਰ ਹੈ ਅੱਲਾ ਤੈਨੂੰ ਕੁਝ ਨਾ ਕਰੇ ਤੁਸੀਂ ਇਹ ਆਖਿਆ ਅੱਗੋਂ ਮੈਂ ਆਖਿਆ ਨਹੀਂ ਤੁਸੀਂ ਦੁਆ ਕਰੇ ਸੁਣ ਤਾਂ ਮੇਰੀ ਜ਼ਿੰਦਗੀ ਵਧੀਆ ਹੋ ਗਿਆ ਸੀ ਮੇਰੀਆਂ ਦੁਆਵਾਂ ਮੇਰਾ ਪੁੱਤਰ ਹਰ ਵਕਤ ਤੇਰੇ ਨਾਲ ਹੈ ਮੈਂ ਸਾਹ ਸਾਹ ਨਾਲ ਦੁਆ ਕਰਦਾ ਕਿ ਅੱਲਾ ਪਾਕ ਮੇਰੀ ਧੀ ਨੂੰ ਕਦੀ ਤੱਤੀ ਵਾਹ ਨਾ ਲੱਗਣ ਦੇਵੇ ਮੈਂ ਨੀਂਦ ਆਈ ਅੱਛਾ ਹੁਣ ਇਹਦੀ ਘਰ ਦੇ ਮੇਰੀ ਗੱਲ ਸੁਣ ਮੈਂ ਲੈਮ ਨਾਮ ਆਧਾਰ ਕਾਰਡ ਕੇ ਨਾ ਬਾਹਰ ਰੱਖੀਏ ਤੇ ਮੈਂ ਅੱਗੋਂ ਅੱਗੇ ਮੈਂ ਆਪ ਰੱਖੂਆਂ ਬਾਹਰ ਕਿਹੜੇ ਦੋ ਥਾਪੀਆਂ ਗਈਆਂ ਤੇ ਗਰੂਆਂ ਚੁੱਲ੍ਹੇ ਤੇ ਮੇਰਾ ਦਿਲ ਮੈਂ ਤੈਨੂੰ ਨਾ ਚਾਹ ਬਣਾ ਕੇ ਦੇਵਾਂ ਦੁੱਧ ਪੱਤੀ ਆਈ ਦੇ ਨੂੰ ਤੇ ਪਰ ਉਸ ਤੋਂ ਪਹਿਲੇ ਅੱਬਾ ਮੈਨੂੰ ਪਤਾ ਲੱਗ ਗਿਆ ਤੁਹਾਡਾ ਦਿਲ ਹੈ ਮੇਰੀ ਅੱਖ ਖੁੱਲ ਜਾਵੇ ਚਾਹ ਦੇ ਨਾਲ ਤੇ ਵੀ ਫਰੈਸ਼ ਹੋ ਵੜਾ ਮੈਨੂੰ ਪਤਾ ਲੱਗ ਗਿਆ ਅੱਬੂ ਮੈਨੂੰ ਪਰ ਪਤਾ ਹੈ ਅੱਬੂ ਮੇਰੇ ਦਿਲ ਦੇ ਚਿਤਨੀਆਂ ਸ਼ੌਕਾਂ ਹਨ ਮੇਰਾ ਵੀ ਕੋਈ ਭੈਣ ਭਰਾ ਆਉਂਦਾ ਮੇਰੇ ਨਾਲ ਦੁੱਖ ਸੁੱਖ ਦੀ ਕਰਿਆ ਮੇਰੀ ਮਾਂ ਆਉਂਦੀ ਮੈਂ ਆਪਣੀ ਹਰ ਗੱਲ ਉਸ ਨਾਲ ਸ਼ੇਅਰ ਕਰਦੀ ਅੰਮੀ ਮੈਨੂੰ ਆਹ ਚੀਜ਼ ਚਾਹੀਦੀ ਅੰਮੀ ਮੈਨੂੰ ਆਹ ਚੀਜ਼ ਚਾਹੀਦੀ ਅੱਬੂ ਪਿਓ ਜਿਤਨਾ ਵੀ ਪਿਆਰ ਕਰੇ ਨਾ ਜਿਹੜੀਆਂ ਮਾਵਾਂ ਆਉਂਦੀਆਂ ਨਾ ਦੀਆਂ ਦੀਆਂ ਹਮਰਾਜ਼ ਆਉਂਦੀਆਂ ਔਰ ਮੈਂ ਉੱਥੇ ਸਕੂਲ ਦੇ ਵਿੱਚ ਜਦੋਂ ਵੇਖਦੀ ਆਉਂਦਾ ਕਿ ਮਾਵਾਂ ਰੋਟੀ ਲੈ ਕੇ ਆਉਂਦੀਆਂ ਪਈਆਂ ਔਰ ਉੱਥੇ ਆ ਕੇ ਦੇਖਣੀ ਕਿ ਮੇਰੀ ਬੇਟੀ ਵਾਸਤੇ ਕੋਈ ਅੱਬੂ ਚੀਨੀ ਵਾਲਾ ਪਰਾਂਠਾ ਲੈ ਕੇ ਆਉਂਦਾ ਹੈ ਆਪਣੀ ਧੀ ਵਾਸਤੇ ਕੋਈ ਆਲੂ ਵਾਲਾ ਪਰਾਂਠਾ ਲੈ ਕੇ ਆਉਂਦਾ ਹੈ ਲੇਕਿਨ ਅੱਬੂ ਤੁਸੀਂ ਰੋਟੀ ਤਾਂ ਦਿੰਦੇ ਹੋ ਪਰ ਮੇਰੀ ਗੇਟ ਤਾਂ ਅਲੱਗ ਸਰਨਾ ਦਰ ਲੱਗੀ ਰਹਿੰਦੀ ਹੈ ਕਦੀ ਤਿੰਨ ਹੋਵੇ ਆਬੂ ਆ ਖੜ ਪਿਆ ਤੇ ਆਖੇ ਨਾ ਫਿਰ ਮੈਂ ਆਪਣੀ ਧੀ ਨੂੰ ਮਿਲਣ ਆਈ ਹਾਂ ਪਰ ਮੇਰੀ ਧੀ ਇੱਥੇ ਕਿਵੇਂ ਪੜਦੀ ਪਈ ਹੈ ਸਹੀ ਨਹੀਂ ਗੱਲ ਪਤਾ ਹੈ ਅਬੂ ਇਨਸਾਨ ਜਿਤਨਾ ਵੀ ਖੁਸ਼ ਹੋਵੇ ਨਾ ਜਿਹੜੀ ਉਹਦੀ ਨਾ ਯਤੀਮੀ ਤੇ ਮੈਟਰਿਕ ਇਹ ਜਿਹੜੇ ਨਾ ਬੱਚੇ ਉਹਨਾਂ ਦੇ ਮੱਥੇ ਤੇ ਲਿਖੀ ਜਾਂਦੀ ਹੈ ਮੇਰੀਆਂ ਬਹੁਤ ਸਾਰੀਆਂ ਦੋਸਤਾਂ ਹਨ ਸਕੂਲਾਂ ਦੇ ਵਿੱਚ ਤੇ ਸਾਰਿਆਂ ਨਾਲ ਅੱਛੀ ਵੀ ਰਹਿੰਦੀ ਆ ਅਬੂ ਬਸ ਇੱਕ ਯਕੀਨ ਕਰੋ ਅੱਬੂ ਇੱਕ ਜ਼ਿਹਨ ਵਿੱਚ ਗੱਲ ਪੈ ਗਈ ਹੈ ਕਿ ਜਿਹੜਾ ਬੋਲਦਾ ਹੈ ਉਹ ਆਖਦਾ ਹੈ ਕਿ ਤੇਰੀ ਤਾਂ ਮਾਂ ਹੀ ਮਰੀ ਹੋਈ ਹੈ ਤੇਰੇ ਦਿਲ ਦੇ ਚਾਹ ਕਿਵੇਂ ਪੂਰੇ ਕਰਨੇ ਔਰ ਇਸ ਵਾਸਤੇ ਅੱਬੂ ਨਾ ਅੱਜ ਤੱਕ ਮਾਂ ਦੀ ਝੋਲੀ ਸਿਰ ਰੱਖ ਕੇ ਸੁੱਤੀ ਨਾ ਮਾਂ ਲੋਰੀ ਸੁਣਾਈ ਬਚਪਨ ਤੋਂ ਲੈ ਕੇ ਅੱਜ ਤੱਕ ਦਿਲ ਦੀ ਬਸ ਦਿਲ ਵਿੱਚ ਹਸਰਤ ਰਹਿ ਗਈ ਹੈ ਕਾਸ਼ ਮੇਰੀ ਮਾਂ ਹੁੰਦੀ ਕਾਸ਼ ਮੇਰੀਆਂ ਵੀ ਦੋ ਬੁੱਤਾਂ ਕਰੇਂਦੀ ਮੈਨੂੰ ਵੀ ਸਾਰੇ ਜਗਿੰਦੀ ਉੱਠੀ ਮੇਰੀ ਦੀ ਤੈ ਮੂਗੀ ਮੇਰਾ ਜੂਆਂ ਬਹਿ ਕੇ ਕੱਢਿਆ ਅੱਬੋ ਮੈਂ ਨਹੀਂ ਆਦੀ ਕਿ ਤੂੰ ਮੇਰੇ ਕੰਮ ਕੁਝ ਨਹੀਂ ਕੀਤਾ ਬਹੁਤ ਕੁਝ ਕੀਤਾ ਹੈ ਸ਼ਾਇਦ ਮੇਰੀ ਮਾਂ ਆਉਂਦੀ ਤੂੰ ਵੀ ਇੰਨਾ ਕਰਦੀ ਲੇਕਿਨ ਅੱਬੋ ਮਾਂ ਤੇ ਮਾਂ ਹੁੰਦੀ ਹੈ ਨਾ ਇਹ ਗੱਲ ਵਾਕਿਆ ਸੱਚ ਹੈ ਮੇਰਾ ਪੁੱਤਰ ਕਿ ਮਾਂ ਮਾਂ ਹੀ ਆਉਂਦੀ ਹੈ ਮਾਂ ਦੀ ਜਗ੍ਹਾ ਪਿਓ ਕਦੀ ਵੀ ਨਹੀਂ ਲੈ ਸਕਦਾ ਮੈਂ ਜਿਤਨੀ ਵੀ ਕੋਸ਼ਿਸ਼ ਕਰਦਾ ਹਾਂ ਨਾ ਤੇ ਮੁੜ ਵੀ ਮਾਂ ਦੀ ਯਾਦ ਜ਼ਰੂਰ ਆ ਜਾਂਦੀ ਹੈ ਪਤਾ ਹੈ ਅੱਬੂ ਮੈਨੂੰ ਅਗਲੇ ਦੇ ਛੋਰੀਆਂ ਦੀਆਂ ਪਈਆਂ ਕਿ ਤੇਰਾ ਪਿਓ ਕੀ ਹੋ ਜਾਇਆ ਤੂੰ ਉਸ ਦੇ ਨਾਲ ਕਿਵੇਂ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਤੇ ਇਹ ਅੱਜ ਕੱਲ੍ਹ ਦਾ ਜ਼ਮਾਨਾ ਕੋਈ ਨਹੀਂ ਤੇ ਮੈਂ ਪਤਾ ਕੀ ਆਖਿਆ
और मेरा अबू नहीं मेरा दोस्त है, उन्हें मेरे हर दिल दे राज का पता होता है, मेरी हर तकलीफ का पता होता है। अब वेखना कि मैं आखिर मैं नींद आई मैं लस्सी पीती तो तुम बार बार ये सोचते प्रकर उन्हें मैं चाह का कप दिता तो एक तरह शो जा यही समझदारी है ना प्यो तो सब जानता है। बिल्कुल गल वाकई है, पर जगह प्यो औलाद वास्ते इतना सोचता है ना तो कुछ ना कुछ औलाद में भी सोचना चाहिए है अपने प्यो के बारे अपने प्यो की इज्जत के बारे कि कभी भी जिंदगी दे विच ना लिया पुत्र ऐसी गलती कहीं भी ना कर दियानी जिस तेरे प्यो नू तकलीफ हो गए कि मैं तेन जितना प्यार करता ना उतना मेरा पुत्र गलत होवन ते मेरी नफरत भी इंतहा से लग जाती है। मैं अबू जी हाँ पुत्र मैं अगर नसना भजना या कोई जहाँ गलत कदम उठाना होता ना तो मैंने सकूल बड़े मौके आ मेरे को एक बहाना नहीं है कि मेरी माँ कोई नहीं प्यो जुलम करेंगा तो मैं चले आया काम किया लेकिन अबू थोड़ी परवरिश का कभी भी मैं गलत मतलब ना खेसा तुम परेशान ना हो मैं जिंदगी का कोई ऐसा कदम ना उठाई जिते कि तुम जिंदगी उठानी पवे शाबा मेरा पुत्र। बाकी गल के रह गई कि जिथे माँ प्यो रिश्ता करता है ना औलाद उत्थे खुश रहती है, अपने किते हुए फैसले हमेशा ठीक नहीं होंगे गलत हो जाते। अबू ते अलिया भी थे ना हाँ मतलब मैं अपनी नहीं गल कर दी फिर गल कर दी फिर वैसे एक जी के सदू पढ़े आई है जो सुने हाँ? उस ते बारे के टीचर आ दें के सर अक्सर आई गल कर दें के बच्चे ने भी अपनी जिंदगी जीवन का पूरा हक है और अगर कोई जी गल हो भी अपने माँ वालदैन नाल शेयर करें ना दसें कि साडा भी जिंदगी दायक है क्योंकि किसी आने का भी ना लगभग जिंदगी गुजारन वास्ते तो दोवों घर की रिजाव होनी जरूरी है ना ये कोई ढोल तो नहीं आती है ना अबू दुनिया से लस्सी फदी तो अगले दे हाथ दे छी बजा जा के पीए तो बन जा अबू जिंदगी का सवाल है। मेरा मतलब मेरी गल सुन इस चीज़ के बारे में तेन कभी भी इजाजत ना देसा कि तू अपनी मर्जी नाल कि कोई फैसला कर सके मैं तेन प्यार इस तू ज्यादा नहीं करता कि यदि मां मोई हुई है क्योंकि तू मेरी धी है मैं धी करके तेन प्यार करता पर जे दीवार तेरे जेन में गल आई ना पढ़ाई वाली कि औलाद भी अपने जिंदगी की खुद मुख्तार है उससे मैं बोल जासा कि मेरी धी इतनी खुद मुख्तार हो गई है मेरी जिंदगी अब नहीं कि अपने फैसले मेरी गल सुन मैं एक दुनिया की गल की थी अपने बारे से अल्लाह ना करे अच्छा, मैं तो अच्छा, बाद के कोई फैसला ला सकनी है मैं पढ़िया है जो अच्छा, मैं थानू अच्छा, दसया और अल्लाह माफ दे मेरा पुत्र जेडी औलाद अपनी मर्जी के फैसले करती आई ना वो कभी सुखी ना रहती वो फैसला करने तो बढ़ जाते लेकिन वो औलाद अपने माँ प्यो नू मार के जाती है। कोई गैरतमंद माँ प्यो यो जी गल कभी बर्दाश्त नहीं करता। ते बाकी मेरा पुत्र जो तू माँ याद करे नहीं है ना उस वक्त मैनू भी तकलीफ आती है कि मामा यार कोई ऐसी तेरी प्यार कमी रह गई है कि जिस वजह तो जी तेरी माँ याद करे नहीं है मेरी हर चाहत हर ख्वाब मेरा तो सब पूरा किया ऐसी कोई गल नहीं है लेकिन बस एक चीज भी अबू जैन थोड़ी हूँ उम्र इस वक्त 50-55 साल तो हो गई 60 साल तो उत्ते मेरा पुत्र 60 साल तो उत्ते हो गए अब याद तो तुम भी अज माँ आँदी है जो अब याद ने उस दिन तुम बुखार होया पिया उससे तुसा तो नहीं आख्या हाय मेरी धी या हाय मेरी बीवी तुसा भी ये गल की हाय अम्मा और मेरी माँ अबू माँ किस न बोल सकती है माँ वाकई मेरी माँ तो कम प्यार तो कोई नहीं दिता मैं तो घट प्यार तो अबू कोई नहीं करेंगी मैं अन्य मेरी जान निकल जावे पर मेरे प्यो नु कभी पैर च कंडा भी ना लगे लेकिन अबू दर्द दे विच ते निकलदा माँ दा मुंह च ना है ना बिल्कुल इवें गल माँ एक चीज ही अबू ऐसी है जिंदगी च मैं सोचा कि मेरी तो सच्ची परवरिश नहीं की या ऐसा कोई मेरी ख्वाहिश रहेगी कि मैं माँ नू याद करेंगी माँ खवावे गोवा मोड़ी माँ हुआ।
सस खवावे चूरी ते मोड़ी सस कोड़ी। अबू ते बड़ी पुराने जमाने दिया कहावतां, मां दी जगह कोई भी नहीं लै सकदा, प्यो भी नहीं लै सकदा, वाकया नहीं लै सकदा। ये सच है कि मां मर जावे ना ते प्यो पाल आते अगे बंदे आ देर के प्यो औखा पाल सकदा है। पर मैं ये आखसा अबू, मर्द कमा के बच्चे नु पाल सकदा है, औरत वास्ते बच्चा पालना बहुत मुश्किल है। अबू उस दुनिया दी गल्लां सुनियां, दुनिया दे ताने मीने सुने, हाला बेचारी हलाल दा कमा करे, लेकिन दुनिया आखना यार और फलाने बन्ने तो हो के आमदी पई आ, पता नहीं की करके आमदी पई है। मुड़ उस धी वास्ते या उस पुत्र वास्ते बेइज्जती कि तुहाडी मां ते इहो जी यार ई करके तुहाडा खवाइंदी है। लेकिन अबू मर्द तां कदी मजबूर नहीं होया। ਇਹ ਗੱਲ ਵਾਕਿਆ ਮੇਰਾ ਪੁੱਤਰ ਸਾਹਿਬਾਂ ਦੀ ਪਈ ਹੈ ਕਿ ਔਰਤ ਨੂੰ ਕਮਾ ਕੇ ਘੱਲਿਆ ਰੋਟੀ ਖਾਣੀ ਬਹੁਤ ਔਖੀ ਹੈ। ਪਤਾ ਇਹ ਦੁਨੀਆ ਸਾਡੀ ਜਿਹੜੀ ਹੈ ਨਾ, ਇਹ ਮੁਲਕ ਜਿਹੜਾ ਸਾਡਾ, ਇਸ ਦੇ ਵਿੱਚ ਇੱਕ ਉਹ ਭੁੱਖੇ ਬਿਗਾੜੀਏ ਦੀ ਤਰ੍ਹਾਂ ਅਤੇ ਗਰੀਬੀਆਂ ਦੀ ਤਰ੍ਹਾਂ ਲੋਕ ਔਰਤ ਨੂੰ ਵੀ ਦੇਖ ਰਹੇ ਹੁੰਦੇ। ਪਰ ਅਬੂ ਲੱਖਾਂ ਚੋਂ ਕੋਈ ਘੱਟ ਔਰਤ ਤੋਂ ਮੇਰੇ ਖਿਆਲ ਅਬੂ ਗਿੱਦੜ ਪਾ ਗਿਆ ਮੁੜ ਕੁੱਕੜਾਂ ਨੂੰ। ਹਾਂ ਮੈਨੂੰ ਤਾਂ ਮੈਂ ਪਤਾ ਕਰਾਂ, ਲੱਖਾਂ ਚੋਂ ਨਾ ਅਬੂ ਘੱਟ ਔਰਤਾਂ ਆਉਂਦੀਆਂ ਜਿਹੜੀਆਂ ਆਪਣੇ ਪਿਓ ਦਾਦੇ ਦੀ ਇੱਜ਼ਤ ਨੂੰ ਵੇਖ ਕੇ ਨਾ ਤੇ ਡੱਟ ਕੇ ਆਪਣੇ ਫੈਸਲੇ ਤੇ ਖੜੀਆਂ ਰਹਿੰਦੀਆਂ। ਬਸ ਕਾ ਤਬੂ ਇੱਜ਼ਤਦਾਰ ਔਰਤਾਂ ਹੀ ਖੁਦਕੁਸ਼ੀ ਕਰਕੇ ਮਰ ਜਾਂਦੀਆਂ ਤੇ ਮੇਰੇ ਦਾਮਨ ਤੇ ਕਿਸੇ ਕਿੱਚਾ ਨੂੰ ਛਾ ਲਿਆ, ਮੈਂ ਤੀਓ ਜੀ ਹਮ ਹੋਏ ਨੇ। ਔਰ ਉਸਨੂੰ ਵੀ ਦੁਨੀਆ ਫਿਰ ਇਹ ਆਖਿਆ ਜਾਂਦੀ ਹੈ ਕਿ ਯਾਰ ਇਹ ਗਲਤ ਆ ਤਾਂ ਮਰ ਗਈ ਹੈ। ਪਤਾ ਇਹ ਦੁਨੀਆ ਤੇਰੀ ਦੀ ਕਿ ਮੋਏ ਫੈਨ ਵੀ ਚੈੱਕ ਕਰੇ ਮਰ ਗਿਆ ਹੀ ਅਜੇ ਡਰਾਮਾ ਕੀਤੀ ਪਿਆ। ਕਿਸ ਦੁਨੀਆ ਦੀ ਗੱਲ ਕਰਦੇ ਹੋ ਅੱਬੂ ਜੀ, ਕਿਸ ਜ਼ਮਾਨੇ ਦੀ ਗੱਲ ਕਰਦੇ ਹੋ? ਅਲੀਆ ਪੁੱਤਰ ਮੁੱਲ ਵੀ ਸ਼ਰੀਕਾਂ ਦੇ ਵਿੱਚ ਬਹੁਤ, ਮੇਰਾ ਪੁੱਤਰ ਬਹੁਤ ਔਖਾ ਹੈ, ਖਾਸ ਕਰ ਦੀਆਂ ਵਾਲਿਆਂ ਨੂੰ, ਕਿਉਂਕਿ ਦੀਆਂ ਵਾਲਿਆਂ ਦਾ ਡਰ। ਅੱਬੂ ਜਦੋਂ ਇਹ ਧੀ ਜੰਮਦੀ ਹੈ ਇਹ ਘਰ ਦੇ ਵਿੱਚ, ਹਾਂ ਕਿਆ ਇਹ ਸ਼ਰੀਕਾਂ ਦੇ ਮੁਸ਼ਕਰੀ ਨਾਲ ਜੰਮਦੀ ਹੈ? ਨਹੀਂ ਨਹੀਂ, ਇਹ ਤਾਂ ਅੱਲਾ ਪਾਕ ਦਿੰਦਾ, ਅੱਲਾ ਪਾਕ ਦਿੰਦਾ ਨਾ। ਹਾਂ ਪਰ ਉਸਦੇ ਸਵਾਬ ਨਹੀਂ ਮੁੜ ਅੱਲਾ ਹੀ ਬਣਾਉਂਦਾ ਹੈ, ਔਰ ਉਸਦਾ ਹੱਕ ਸਿਰਫ ਪਿਓ ਜਾਂ ਮਾਂ ਨੂੰ ਫੈਸਲਾ ਕਰਨ ਦਾ ਜਾਂ ਸਾਰੀ ਦੁਨੀਆ ਜਾਂ ਸਾਰੇ ਸ਼ਰੀਕਾਂ ਨੂੰ? ਨਹੀਂ ਨਹੀਂ, ਸਿਰਫ ਮਾਂ ਪਿਓ ਨੂੰ। ਤੇ ਮੁੜੋ ਮਾਂ ਪਿਓ ਖੁਦ ਫੈਸਲਾ ਕਰੇ ਨਾ ਜਿਹੜੀ ਉਹਨਾਂ ਦੇ ਦਿਲ ਆ ਤੇ ਉਹ ਦੁਨੀਆ ਨੂੰ ਕਿਉਂ ਵੇਖਦੇ ਕਿ ਸਾਨੂੰ ਦੁਨੀਆ ਇਹੀ ਜਾ ਸੀ, ਫਲਾਣੇ ਇਹੀ ਜਾ ਕੇ, ਫਲਾਣੇ ਇਹੀ ਜਾ ਕੇ। ਕਦੀ ਇਹ ਸੁਣੇ ਨੇ ਅੱਬੂ ਕਿ ਭੁੱਖੇ ਨੂੰ ਕੋਈ ਆ ਕੇ ਬਾਹਰੋਂ ਦੇ ਜਾਂਦਾ ਕਹਿੰਦਾ ਐਸਾ ਸ਼ਖਾਲ ਆ? ਕਦੀ ਵੀ ਨਹੀਂ, ਉਹ ਇੱਥੇ ਰੱਜੇ ਨੂੰ ਹੀ ਅੱਬੂ ਕੋਈ ਨਹੀਂ ਵੇਖ ਸਕਦਾ। ਇਸ ਗੱਲ 'ਚ ਸ਼ੱਕ ਹੋਇਆ, ਫਲਾਣਾ ਬਾਈ ਉਹ ਫਲਾਣੇ ਦੇ ਗੁਰ ਦੇ ਘਾਟ ਵਿੱਚ ਇਹਦਾ ਤਾਂ ਅਮੀਰ ਹੋਇਆ, ਫਲਾਣਾ ਹੋਰ ਜੀ ਉਹ ਹਰਾਮ ਦੀ ਕਮਾਈ ਖਾਂਦਾ ਪਿਆ ਤਾਂ ਇਹਦੇ ਕੋਲ ਚਾਰ ਪੈਸੇ ਹਨ। ਅੱਬੂ ਇਹ ਦੁਨੀਆ ਕਿਸੇ ਦੀ ਨਹੀਂ ਹੈ, ਬਸ ਆਪਣੇ ਦਿਲ ਦੀ ਆਵਾਜ਼ ਸੁਣੋ, ਆਪਣੇ ਔਲਾਦ ਦੀ ਸੁਣੇ ਮਾਂ ਪਿਓ, ਔਲਾਦ ਕੀ ਆਦੀ ਹੈ। ਅੱਛਾ ਮੇਰਾ ਪੁੱਤਰ, ਮੈਂ ਉੱਠੀ ਹੋਣਾ ਹੈ, ਮੈਂ ਪਤਾ ਕਰਨਾ ਕੁੱਕੜਾਂ ਦਾ ਜੀ। ਦੂਜੇ ਨੰਬਰ 'ਤੇ ਮੈਂ ਮਾਂ ਦਾ ਵੀ ਫੇਰਾ ਮਾਰਨਾ ਮੇਰੇ ਕੋਲ ਜੀ। ਮੋਟਰ ਚਲਾਵਣ 'ਚ ਕਰੋਤੀ ਬਿਜਲੀ ਵੱਧ ਗਈ ਆ, ਹੁਣ ਆਉਣੀ ਹੈ ਜੇ ਸੁੱਕਾ ਚਾਹੀ ਤਾਂ ਬਿਜਲੀ ਉਹ ਮੋਟਰ ਚਲਾਵਣੀ ਹੈ। ਅਤੇ ਅੱਜ ਮੌਸਮ ਖਰਾਬ ਹੈ, ਹੋ ਸਕਦਾ ਬਾਰਿਸ਼ ਆ ਜਾਵੇ, ਮੋਟਰ ਨਾ ਚਲਾਓ। ਕੀ ਪਤਾ ਲੱਗਦਾ ਮੇਰਾ ਪੁੱਤਰ, ਹਾਂ ਗਲਤ ਹੈ। ਪਰ ਮੋੜ ਵੀ ਨਾ ਜ਼ਿਹਨ 'ਚ ਰੱਖੀ ਕਿ ਪਿਓ ਦੀ ਪੱਗ ਕਦੇ ਕਿਸੇ ਦੇ ਪੈਰ ਥੱਲੇ ਨਾ ਆਵੇ। ਅੱਛਾ ਮੇਰਾ ਪੁੱਤਰ, ਅੱਲਾ ਪਾਕ ਤੈਨੂੰ ਸੁੱਖ ਚੈਨ ਦੇ। ਅੱਛਾ ਅੱਬੂ ਜੀ, ਅੱਬੂ ਜੀ ਤੁਹਾਨੂੰ ਕਿਵੇਂ ਸਮਝਾਵਾਂ, ਅਗਰ ਦੁਨੀਆ ਦੇ ਵਿੱਚ ਕੋਈ ਰਿਸ਼ਤਾ ਇੱਕ ਮਿਲਿਆ ਹੈ ਉਹ ਇੱਕ ਸ਼ਹਿਜ਼ਾਦ ਹੈ ਅੱਬੂ, ਜਿਸ ਨੂੰ ਮੇਰੀ ਇੱਜ਼ਤ ਦਾ ਖਿਆਲ ਹੈ, ਜਿਸ ਨੂੰ ਇਹ ਫਿਕਰ ਹੈ ਕਿ ਤੇਰੇ ਪਿਓ ਦੀ ਇੱਜ਼ਤ 'ਤੇ ਵੀ ਆਂਚ ਨਾ ਆਵੇ ਅਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ। ਅੱਬੂ ਮੈਂ ਤੈਨੂੰ ਕਿਵੇਂ ਦੱਸਾਂ ਕਿ ਉਸ 'ਤੇ ਆਦਤ ਕਿ ਮੇਰੇ ਹੱਥ ਨਾਲ ਹੱਥ ਵੀ ਨਹੀਂ ਲਾਇਆ, ਇਤਨੀ ਸੱਚੀ ਮੁਹੱਬਤ ਕਰੇਂਗਾ। ਔਰ ਇੰਝ ਲੱਗਦਾ ਕਿ ਜਿਵੇਂ ਵਾਕਿਆ ਅਸਲਾਂ ਤੋਂ ਰਿਸ਼ਤਾ ਸਾਡਾ ਇਹ ਬਣਿਆ। ਅੱਲਾ ਪਾਕ ਤੋਂ ਹੀ ਬਿਹਤਰ ਕਰੇ, ਸ਼ਹਿਜ਼ਾਦ ਅਤੇ ਮੈਂ ਉਹ ਸਮੁੰਦਰ ਦੀਆਂ ਦੋ ਲਹਿਰਾਂ ਜਿਹੜੀਆਂ ਕਦੀ ਹਿੱਕ ਨਾ ਹੋ ਸਕਦੀਆਂ, ਅਤੇ ਤੂੰ ਚਾਹਵੇਂ ਮੇਰਾ ਮਾਲਕ ਖਾਲਕ ਤੇ ਕੁਝ ਹੀ ਕਰ ਸਕਣਾ, ਤੂੰ ਤਾਂ ਬੇਨਿਆਜ਼ ਹੈ, ਤੂੰ ਤਾਂ ਸੱਚੇ ਬਾਦਸ਼ਾਹ ਹੈ, ਸਾਡੇ ਦਿਲ ਦੀ ਆਵਾਜ਼ ਸੁਣ ਲਾ। ਉਹਦੇ 'ਤੇ ਮੇਰੇ ਪਿਓ ਦੇ ਦਿਲ ਦੇ ਵਿੱਚ ਰਹਿਮ ਲਾਇਆ, ਔਰ ਇਹਨਾਂ ਨੂੰ ਸਾਡੀ ਮੁਹੱਬਤ ਦਾ ਪਤਾ ਲੱਗ ਜਾਵੇ। ਹਾਏ।
ਕਿਹੜੇ ਲਫ਼ਜ਼ਾਂ ਨਾਲ ਸਮਝਾਵਾਂ ਅੱਬੇ ਨੂੰ ਪਿਓ ਤੋਂ ਔਲਾਦ ਵਾਸਤੇ ਕੀ ਕੁਝ ਕਰ ਛੱਡੀ ਕਿ ਮੇਰਾ ਪਿਓ ਹੈ ਜਿਹਦੇ ਤੇੜੇ ਹੋਇਆ ਨਹੀਂ ਨਹੀਂ ਪਤਾ ਨਹੀਂ ਨਹੀਂ ਅੱਬੇ ਸਿੱਖੀ ਕੀ ਤੂੰ ਮੈਂ ਤਾਂ ਕਦੇ ਸੋਚੇ ਹਾਂ ਸ਼ਰਾਬ ਬੈਠਾ ਜੀ ਅੱਬਾ ਬੈਠਾ ਕੀ ਬਾਣਾ ਕੀ ਗੱਲ ਕਿਉਂ ਬੜੀ ਲੰਮੀ ਸੋਚ ਨੇ ਕਿਉਂ ਕਿਉਂ ਵੀ ਪਏ ਹੋਏ ਬਿਜਲੀ ਅੱਬਾ ਵਾਗ ਗਈ ਕੀ ਕੁਤਰਨੇ ਹੈ ਨਾ ਚਲੋ ਕੋਈ ਨੀ ਬਿਜਲੀ ਆ ਹੀ ਜਾਣਾ ਮੌਕੇ ਇਹ ਤਾਂ ਨਹੀਂ ਮੌਸਮ ਖਰਾਬ ਦੀ ਵਜ੍ਹਾ ਤੋਂ ਅਸਲ ਚੋਂ ਬਿਜਲੀ ਛਿੱਕ ਲਈ ਹੈ ਤੇ ਬਾਰਿਸ਼ ਹਵਾ ਜਿਹੜੀ ਹਕੂਮਤ ਹੈ ਨਾ ਬੱਤੀ ਆਉਂਦੀ ਕੋਈ ਨੀ ਤੇ ਬੇਲ ਟੋਰੀ ਰੱਖਦੇ ਪਤਾ ਨੀ ਉਹ ਖਲੋਤੇ ਖਲੋਤੇ ਮੀਟਰ ਦਾ ਬੇਲ ਕਿਹੜਾ ਹੋ ਜਾਂਦਾ ਚਲਾਈਂਦਾ ਤਾਂ ਅਸੀਂ ਕਾਸ਼ ਆਉਂ ਨਹੀਂ ਸੀ ਅਸਲ ਪਤਾ ਕੀ ਹੈ ਹਵਾ ਦਾ ਮਸਲਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਜ਼ਰੂਰ ਬੱਦਲ ਛਿੱਦਲ ਬਣੇ ਆਹ ਜਿਹੜੀ ਹਵਾ ਹੁੰਦੀ ਹੈ ਨਾ ਇਹਦਾ ਹੁੰਦਾ ਖਤਰਾ ਵੀ ਆ ਤਾਰਾਂ ਸ਼ਾਰਾਂ ਹੁੰਦੀਆਂ ਨੂੰ ਕੋਈ ਤਾਰ ਨਾ ਮਤਲਬ ਹਵਾ ਨਾਲ ਟੁੱਟ ਜਾਵੇ ਜਾਂ ਕਿੱਦਾਂ ਕੋਈ ਟੈਚ ਨਾ ਹੋ ਜਾਵੇ ਇਹ ਵੀ ਵਜ੍ਹਾ ਤੋਂ ਬਿਜਲੀ ਛਿੱਕਦੇ ਨੂੰ ਹੋਰ ਇਹ ਨਹੀਂ ਵੀ ਕਿੱਦਾਂ ਹੁਣ ਬੱਦਲ ਬਣੇ ਤਾਂ ਬਿਜਲੀ ਛਿੱਕ ਲੈਂਦੇ ਮੁੜ ਉਹਨਾਂ ਦਾ ਕੋਈ ਸ਼ਡਿਊਲ ਆਪਣਾ ਹੈ ਕਿ ਤੂੰ ਇਹ ਦੱਸ ਵੀ ਕਿ ਬੜਾ ਪਰੇਸ਼ਾਨ ਬੈਠਾ ਤੂੰ ਕਿਉਂ ਫੈਲਦਾ ਕੋਈ ਨੀ ਬਾਹੂ ਆ ਜਿਹੜੀ ਗੱਲ ਤੁਹਾਨੂੰ ਮੋਟਰ 'ਤੇ ਕੀਤੀ ਆ ਇੱਕ ਹਫ਼ਤਾ ਪਹਿਲੇ ਹਾਂ ਅਤੇ ਤੁਸੀਂ ਆਖਿਆ ਮੈਂ ਸੋਚ ਕੇ ਜਵਾਬ ਦੇ ਸਾਂ ਮੁੜ ਨਾ ਤੁਸੀਂ ਮੈਨੂੰ ਜਵਾਬ ਦਿੱਤਾ ਤਾਂ ਨਾ ਤੁਸੀਂ ਕੁਛ ਸੋਚਿਆ ਮੈਨੂੰ ਤਾਂ ਹੀ ਲੱਗਦਾ ਪਰ ਤੁਹਾਡੇ ਨਾਲ ਮੇਰੇ ਤਾਂ ਜ਼ਿੰਮੇਦਾਰੀਆਂ ਤੁਸੀਂ ਵਧਾਈਆਂ ਹੀ ਹਨ ਅੱਗੇ ਮੈਂ ਥੋੜ੍ਹਾ ਬਹੁਤ ਆਜ਼ਾਦ ਹਾਂ ਹੁਣ ਮੈਂ ਜਿਹੜਾ ਨਹੀਂ ਮੈਂ ਤੁਹਾਨੂੰ ਇਹ ਗੱਲ ਕੀਤੀ ਤੁਹਾਨੂੰ ਆਜ਼ਾਦੀ ਵਾਲਾ ਮੇਰਾ ਤਾਂ ਸਿਸਟਮ ਬਿਲਕੁਲ ਖਤਮ ਹੁਣ ਤਾਂ ਦਮੀ ਸਾਰੀ ਤਾਰਾਂ ਤੋਂ ਸ਼ਹਾਦ ਪੈਣੀ ਆ ਥੋੜ੍ਹਾ ਤਾਂ ਸ਼ਹਾਦ ਮਾਰਨਾ ਜੇ ਭਾਅ ਅੰਦਰ ਵਗਾਉਣੀ ਤਾਂ ਸ਼ਹਾਦ ਵਗਾਉਣੀ ਮੇਰੇ ਪੁੱਤਰ ਇੰਝ ਨਾ ਜਿਹੜੀ ਨੇਕ ਔਲਾਦ ਹੁੰਦੀ ਹੈ ਮਾਂ ਪਿਓ ਨੂੰ ਨੇਕ ਔਲਾਦ 'ਤੇ ਬੜਾ ਮਾਣ ਹੁੰਦਾ ਹੈ ਕਿ ਹੁਣ ਮੇਰੀ ਔਲਾਦ ਹੋ ਪਈ ਹੈ ਅਤੇ ਮੇਰਾ ਮਤਲਬ ਹੈ ਬਾਂਹ ਬਿੱਲੀ ਬਣ ਗਿਆ ਆਸਰਾ ਬਣ ਗਿਆ ਹੁਣ ਮੈਂ ਮੇਰਾ ਪੁੱਤਰ ਪਤਾ ਕੀ ਹੈ ਤੇਰੇ ਆਸਰੇ 'ਤੇ ਮੈਂ ਪਤਾ ਹੀ ਉਹਦੇ ਜਾਂ ਉਹਦੇ ਵਗ ਜਾਂਦਾ ਮੈਨੂੰ ਪਤਾ ਮੇਰਾ ਪੁੱਤਰ ਸ਼ਹਿਦਾਦ ਸਾਰਾ ਕੰਮ ਸੰਭਾਲ ਲੈਂਦਾ ਮੇਰਾ ਪੁੱਤਰ ਜਿਹੜੀ ਤੂੰ ਕੀਤੀ ਹੈ ਨਾ ਮੋਟਰ ਵਾਲੀ ਗੱਲ ਉਹ ਮੇਰੇ ਸਮਝ 'ਚ ਗੱਲ ਆਈ ਹੈ ਲੇਕਿਨ ਉਸ ਬਾਰੇ ਕਦੀ ਸੋਚੀ ਨਾ ਠੀਕ ਹੈ ਨਾ ਤੈਨੂੰ ਪਤਾ ਹੈ ਕਿ ਮਾਮਾ ਦੀ ਯਾਦ ਤਾਂ ਮੇਰੀ ਨਹੀਂ ਬਣਦੀ ਉਹ ਗੱਲ ਅਤੇ ਇਸ ਬਾਰੇ ਤੂੰ ਕਿਵੇਂ ਸੋਚ ਲਿਆ ਕਿ ਮੈਂ ਇਹ ਕੰਮ ਕਰ ਰਹੀ ਸੀ ਅੱਬਾ ਉਹ ਤੁਹਾਡਾ ਵਕਤ ਹੈ ਅਤੇ ਤੁਹਾਡੀਆਂ ਉਹ ਬਜ਼ੁਰਗਾਂ ਵਾਲੀਆਂ ਸੋਚਾਂ ਅਸੀਂ ਹੁਣ ਦੇ ਬਾਲ ਹੈ ਹੁਣ ਦੀ ਨਸਲ ਹੈ ਸੋਹਣਾ ਹੁਣ ਦੇ ਰਹਿਣ ਦਾ ਸੋਚਣਾ ਨਾਲੇ ਤੁਸੀਂ ਅੱਬਾ ਆਪਣੀ ਜ਼ਿੰਦਗੀ ਗੁਜ਼ਾਰੀ ਬੈਠੇ ਹੋ ਮੈਂ ਗੁਜ਼ਾਰਨੀ ਮੈਂ ਤਾਂ ਉਸ ਬਾਰੇ ਆਖਿਆ ਵੀ ਚਲੋ ਜਦੋਂ ਇੱਕ ਦਿਨ ਇਨਸਾਨ ਜਾਣ ਲੈਂਦਾ ਨਾ ਤਾਂ ਉਹ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਹੁਣ ਉਹ ਮੈਨੂੰ ਜਾਣਦੀ ਹੈ ਮੈਂ ਉਹਨੂੰ ਜਾਣਦਾ ਉਹਦੇ ਦੁੱਖ ਸੁੱਖ ਦਾ ਮੈਨੂੰ ਪਤਾ ਹੈ ਮੇਰੇ ਦੁੱਖ ਸੁੱਖ ਦਾ ਉਹਨੂੰ ਪਤਾ ਹੈ ਉਹਨੂੰ ਤਕਲੀਫ ਹੋਵੇ ਮੈਨੂੰ ਪਤਾ ਲੱਗ ਜਾਂਦਾ ਅੱਬਾ ਤਕਲੀਫ ਹੈ ਮੈਨੂੰ ਹੋਵੇ ਤਾਂ ਉਹਨੂੰ ਵੀ ਲੱਗ ਜਾਂਦਾ ਮੇਰਾ ਪੁੱਤਰ ਇੱਕ ਗੱਲ ਵੇਖਣਾ ਮੈਂ ਤੈਨੂੰ ਬੜੇ ਨਾਜ਼ਾਂ ਨਾਲ ਪਾਲਿਆ ਅਤੇ ਮਾਂ ਪਿਓ ਜਦੋਂ ਔਲਾਦ ਨਿੱਕੀ ਪਾਲਦਾ ਹੈ ਨਾ ਅਤੇ ਵੱਡੀ ਹੁੰਦੀ ਅਤੇ ਉਹਨੂੰ ਬੜੇ ਮਾਣ ਹੁੰਦੇ ਇਹ ਵੇਖਣਾ ਮੈਂ ਤੇਰੇ ਬਾਰੇ ਕੋਈ ਗਲਤ ਨਹੀਂ ਸੋਚਣਾ ਅੱਛਾ ਹੀ ਸੋਚਣਾ ਲੇਕਿਨ ਜਿੱਥੇ ਮੇਰਾ ਕੰਮ ਇਹ ਨਹੀਂ ਨਾ ਸਰਦਾ ਮੈਂ ਉੱਥੇ ਨਹੀਂ ਤੁਰਨਾ ਇਹ ਤੇਰੀ ਸੋਚ ਤੇਰੇ ਨਾਲ ਹੈ ਅਤੇ ਮੈਂ ਉਸ ਪਾਸੇ ਮਤਲਬ ਹੈ ਕਿ ਨਹੀਂ ਕਿਉਂਕਿ ਉਹਨਾਂ 'ਤੇ ਸਾਡੀ ਬਚਪਨ ਤੋਂ ਹੀ ਕੋਈ ਦੁਸ਼ਮਣੀ ਆਈ ਬਸ ਸਾਡੇ ਬਜ਼ੁਰਗਾਂ ਦੀ ਤੈਨੂੰ ਪਤਾ ਹੈ ਉਹਨਾਂ ਮੇਰੇ ਵੱਡਿਆਂ ਨਾਲ ਕੀਤੀ ਮੇਰੇ ਵੱਡਿਆਂ ਉਹਨਾਂ ਨਾਲ ਕੀਤੀ ਉਹ ਤੂੰ ਸਾਡੀ ਬਸ ਤੂੰ ਤੂੰ ਮੈਂ ਚੱਲਦੀ ਹਾਂ ਮੈਂ ਚਾਹੁੰਦਾ ਨਾ ਵੀ ਇਹ ਜਿਹੜੀਆਂ ਲੜਾਈਆਂ ਝਗੜੇ ਜਾਂ ਨਫ਼ਰਤਾਂ ਹੈ ਤੁਹਾਡੇ ਦਰਮਿਆਨ ਖਤਮ ਹੋ ਜਾਣ ਹੁਣ ਅਸੀਂ ਅਗਲਾ ਰਿਸ਼ਤੇ ਕਰ ਲਈਏ ਤਾਂ ਕਿ ਉਹ ਜਿਹੜੀ ਦੁਸ਼ਮਣੀ ਹੈ ਖਤਮ ਹੋ ਕੇ ਉਹ ਪਿਆਰ ਬਦਲ ਜਾਵੇ ਮੇਰਾ ਪੁੱਤਰ ਤੂੰ ਜੋ ਮਰਜ਼ੀ ਆਖ ਨਾਲ ਲੇਕਿਨ ਮੈਂ ਇਹ ਗੱਲ ਮੈਂ ਕਦੀ ਵੀ ਨਹੀਂ ਕਰ ਸਕਦਾ ਜਿਹੜੀ ਹੈ ਨਾ ਮਮਨ ਯਾਰ ਵਾਲੀ ਹੋਰ ਜਿੱਥੇ ਤੂੰ ਆਖੇ ਨਾ ਮੈਂ ਉੱਥੇ ਤੇਰਾ ਰਿਸ਼ਤਾ ਕਰ ਸਾਂ ਅੱਬਾ ਮੈਂ ਹੋਰ ਤਾਂ ਕਿਤੇ ਵੀ ਨਹੀਂ ਕਰਨਾ ਮੈਂ ਕਰਨਾ ਤਾਂ ਆਲੀਆ ਨਾ ਕਰਨਾ ਬਸ ਮੇਰਾ ਪੁੱਤਰ ਇਹ ਕਦੀ ਵੀ ਨਾ ਸੋਚੇ ਨਾ ਹੀ ਮੈਂ ਉੱਥੇ ਕਰਨੀ ਮੇਰਾ ਤਾਂ ਇਹ ਵੀ ਨਹੀਂ ਦਿਲ ਚਾਹੁੰਦਾ ਕਿ ਉਹ ਸਾਡੇ ਘਰੋਂ ਮਾਚਸ ਲੈਣ ਆ ਜਾਵੇ ਜਾਂ ਸਾਡੀ ਗਲੀ 'ਚ ਵੀ ਲੱਗ ਜਾਵੇ ਮੈਂ ਇਤਨਾ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ ਅੱਬਾ ਹੁਣ ਤਾਂ ਮੈਂ ਤੁਹਾਤੋਂ ਕਾਸ਼ਾ ਵੀ ਨਹੀਂ ਮੰਗੀ ਤੁਸੀਂ ਜਿਵੇਂ ਆਖਿਆ ਉਂਝੇ ਮੈਂ ਕੁਛ ਕੁਛ ਤਾਂ ਆਇਆ ਜਿੱਥੇ ਆਖਿਆ ਨਾ ਉੱਥੇ ਬਣਦਾ ਰਿਹਾ ਲੇਕਿਨ ਮੈਂ ਅੱਜ ਤੱਕ ਉਫ ਨਹੀਂ ਕੀਤੀ ਨਾਲੇ ਅੱਬਾ ਨਫ਼ਰਤਾਂ ਜਿਹੜੀਆਂ ਹਨ ਉਹ ਤੁਹਾਡੇ ਵੱਡਿਆਂ ਦੀਆਂ ਹਨ ਉਹ ਕਾਬੜੀਆਂ ਤੁਹਾਡੇ ਵੱਡਿਆਂ ਦੀਆਂ ਹਨ ਅਸਾਂ ਤਾਂ ਰਲ ਕੇ ਬਚਪਨ ਸਕੂਲ ਵੀ ਪੜ੍ਹੇ ਹਾਂ ਹੁਣ ਤਾਂ ਖੇਡਦੇ ਰਹੇ ਹਾਂ ਮੈਂ ਤਾਂ ਆਪਣੇ ਦਿਲ 'ਚ ਅੱਬਾ ਉਹਨੂੰ ਤਸਲੀਮ ਕਰ ਲਿਆ ਅਤੇ ਉਹ ਮੇਰੀ ਸਵਾਣੀ ਹੈ ਅਤੇ ਮੈਂ ਹੁੰਦਾ ਮੀਆਂ ਅਤੇ ਅੱਬਾ ਜਿਵੇਂ ਤੁਸੀਂ ਸੋਚਦੇ ਹੋ ਨਾ ਮਹੱਲੇਦਾਰੀ ਆ ਇੱਥੇ ਆਉਂਦੀਆਂ ਗੱਲਾਂ ਸੁਣ ਕੇ ਵੀ ਇੱਥੇ ਐਵੇਂ ਚਾਹੇ ਹੋ ਰਿਹਾ ਸਾਡੀ ਪਾਕੀ ਦਾ ਮੁਹੱਬਤ ਹੈ ਨਾ ਅੱਜ ਤਾਂ ਕਦੀ ਉਹਨੂੰ ਮੈਂ ਹੱਥ ਲਾਇਆ ਅਤੇ ਨਾ ਹੀ ਉਹਦੇ ਕਦੀ ਕਲੋਜ਼ ਹੋਇਆ ਅੱਬਾ ਮੇਰਾ ਪੁੱਤਰ ਤੈਨੂੰ ਪਤਾ ਹੈ ਕਿ ਜਿਹੜੀ ਇਹ ਗੱਲ ਤੂੰ ਕਰ ਰਿਹਾ ਹੈ ਨਾ ਇਹ ਮੇਰੇ ਵਾਸਤੇ ਨਾਮੁਮਕਿਨ ਹੈ ਮਮਨ ਯਾਰ ਹੈ
मैं जाता पाव तो वह राह छड़ दें, अगर वह आंदा पे तो मैं राह छड़ देना। साड़ी एड्डी बार खिलाफी है, गल पता की है, तो यह नहीं कभी भी हो सकता। अब तुम आपने आते बैड़े चु चंगे तो चंगे चु बैड़े, बाबा जिन्हें भी हो सी मैं बाबे तो नहीं मैं जानता, लेकिन मैं उनके दीन सही जानता, मुकम्मल जानता, जिम्मे जाने का हक हों। इतनी अच्छी अब्बा थोड़ी खिदमत करे सी, तू मंजू तो बोए तो लाते ना दरंदे सी। मेरा पूरी गल मान सोच किवें लिया कि यह काम इंज हो जा सी। अज तक मतलब तेन पता भी है कि साडा बोलचाल खत्म होया, आन जान खत्म होया, कभी असी एक दूए मिले नहीं। तू ये किवें सोच लिया कि मेरा उधर रिश्ता हो जा सी? अब सोचा तो मैं बड़े अरसे का होया, मैं सिर्फ ताडे को इजाजत लगा, मगर वो डे जाती तो हो रब तो मैं लेना है। लेकिन अब्बा एक गल याद रखे, इंसान की अद्धी मौत तो ही हो जाती ने। मेरा पुत्र एक गल सोच ले, ऐ तू लख वेरी भी आख ना भी मैं उद्दे पसंद करदा या है, ये मैं कभी भी नहीं कर सकता, ना ही मैं उन्हें मिलना चाहना ममद यार नू। इस बारे मैं अपनी पग नहीं सिर तू पैर थले आवन देंदा, ठीक है ना? होर जिथे तू आखे मैं उत्थे तेरा रिश्ता कर देना। मैं तेन बड़े नाज नाल पालिया तो मैं तेन बड़ा प्यार करदा दिलों, क्योंकि तू मेरा इको एक पुत्र है, और मैं हर शे कि लै जानी सब कोई तेरा। लेकिन एक गल तो समझ नहीं आई अब्बा, तुहाडी इन्हां कावड़ां दे विच मैं अपना प्यार किवें कुरबान कर छड्डां? असीं अपनी जिहड़ी वादे कसम चाहिआ ना, असीं किवें भुल जावे? मैनूं इस गल दी तां समझ कोई नहीं। प्यार 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 मैनूं तेरे प्यार दी नहीं समझ आउंदी पई। इह दुनिया प्यार नाल चलदी है, कावड़ी नाल कदी नफरत नाल कदी कुछ नहीं चलिया, प्यार नाल सब कुछ चल जांदा अब्बा। अब्बा प्यार नाल सारे मसले हल हो जांदे ने, गल समझो ना। प्यार 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 तेनू अज प्यार याद आ गया, प्यो तेनू भुल गया है, जिस तेन इतने प्यार नाल नाज़ नाल सांभिया पालिया है, अज तेनू उहदा प्यार अगे आ गया है। मैं तुहाडा प्यार नहीं भुलिया, मैं सिर्फ इही वादा पिया भी साडा दिल है, जो एक इंसान की एक जगह तो दिल रुक जाए ना अब्बा, वह उस तू एक कदम जगह जा सकता। ओ शहजाद तू मैनू इन्ना बुझारता ही ना पा, क्योंकि मैं अज तक पता की है तेरे पिछे शादी नहीं की, तेरी मां मोई है, तेनू मां बन के विखाया, प्यो बन के विखाया, सब कोई तेरे नाज कीते हैं, लेकिन ये मैं ना पता कि आई तू मेरे गिर वहां तक आ जा सेंगया, मैनू ये गल गोटू दे ली से तू। अब मोहब्बत ना सारे मसले हल हो जाते, गल समझो ना। मेरा पुत्र प्यार प्यार तू है ना, वो चंद दिनों का प्यार हो, वो तेन अगे आ गया है, तो जै प्यो तेन इतना नाजा नाल प्यार नाल सांभिया पालिया है, वह तेन पिछे हो गया है, लेकिन मैं ये नहीं चाहता कि मतलब वो मेरे सामने आवे, जियो जो प्यो है वो जी धी भी होनी है। अब्बा एक गल याद रखा है, वो प्यो बारे जो मर्जी आख लो मैं मंजूर है, लेकिन वो बारे गल ना कर, क्योंकि जितना उन्होंने मैं जानता ना अब्बा, इतना तुम नहीं जानते अब्बा, वो बहुत पाकिजा है, बहुत पाकिजा है, उनके बिच अयो जी कोई हरकत नहीं है। लेकिन शहजाद मैं नहीं ये गल कर सकता, जो तू चाहना ना ये कभी भी नहीं हो सकता। मैं मंदा अब्बा तुसा मेरे पिछे हुण ते शादी ना कीती, बई ओ आके शहजाद नूं जलील ना करे, तंग ना करे, ए रोल ना जावे, लेकिन अब्बा मेरी भी तो मजबूरी नूं समझो ना। मेरा पुत्तर मैं काश तुसा मुहब्बत कीती हुंदी ते तुहानूं पता हुंदा, मैं तेरा प्यार ही तो चाहना, मैं आना कि कल नूं तू जलील तंग ना होवे, क्योंकि मैं तेनूं तंग होना नहीं वेखना चाहुंदा। अब्बा मेरे नाल जुग्गी विच वी रहना पसंद करती, ओ भुख ते वी इत्थे भुख वी होई ना, भुख वी बर्दाश्त कर लई सी मेरे पिछे, बस इक वारी अब्बा मेरा पुत्तर आई दे प्यार मगर बंदे ना पागल हो जांदे, लेकिन जलील वी होई जांदे ने जिहड़े प्यार मगर पागल हो जांदे, ते तू पागल होया खड़ा है। ठीक है अब्बा जी, मैं तुहानूं ये गल नहीं हो सकती, ना ही मैं करनी है। अच्छा ठीक है, हां होर जो मर्जी तू मैथों मनवा, मैं मन्ना नूं प्यार आज तो बाद मैं ओदे बारे काई गल वी नहीं करता, वो ठीक है। बस मेरा पुत्र होर लखन जिथे तू आख्या मैं उत्थे तेरा रिश्ता कर देसा, लेकिन इना ख्याल जेड़ा दिल लखन विच वो जी काई होवे तो ता है ना, वो तो करोड़ा अज तेनू नजर आंदी पई है ना, कल नु ओही तेनू जहर लगनी है। मैं नहीं लगता पा जेड़ी चीजा उंदे च मैं वेखिया ना, बा काश तुसी वेख लैंदे ना, तुसा भी मेरे वांग पागल हो जाना, तो तुसा नु नौ बणावण ते मजबूर हो जाना। अब्बा इस पूरे थें दे विच उंदे रंगी ना कोई है ते ना ही होनी है। मेरा पुत्र जे मैं ओदी जगह ते ना अब्बा कुरान विच आ सकदा, सौं भी दे सकदा भी उंदे रंगी पाक औरत इस पूरे थे विच कोई नहीं, बल्कि पूरी दुनिया ते कोई नहीं। मैं ते आखदा मैं हुण मेरा पुत्र तेनू किवें समझावां, अज दे मगर तू पागल होया खड़ा है ना, कल नु हो सकदा तेनू ओदे मगर धोखा मिले। अच्छा ठीक है अब्बा, मैं हां जा तू ते मैं करदा टोके ते फट्टे फुट्टे कुतरे टोके रगड़ ले जा, बत्ती आवन वाली हो, हवा भी मट्ठी हो गई है, तो ठीक है मैं जरा माल को फेरा शेरा मार लवा, ठीक है तू टोके रगड़ ले।
पता नहीं अब जदन तो यह गल की ना कम करने का दिल कर ना कि आवन जावन का दिल करता अबा थोड़िया दुश्मनी हूं मैं गरीब का कड़ा कसूर असं तो एक दूसरे ने बिना सोचे समझे वादे कर ले जीवन मरण की कसम चा लेंगे लेकिन मैं या अल्लाह मेरी मदद कर मेरी मोहब्बत बिल्कुल पाकी गल साडे दरम्यान ऐसी कई गल भी नहीं अबा मैं मना तो तेन लेना ही लेना लेकिन एक दिन जरूर हिम्मत नहीं मारनी तो पूरा चाहता हूँ जितना भी प्यो प्यार कर लवे ना मुड़ भी मैं आए दसी है तबो अजाब है मैं तो बज बज के भी बोया पे गाह भी मैं छटिया मुड़ भी उस हाल है सिर से बह चली जे मेरी खुश हुई अबा खोती सूई है तो वेखना निकी निकी खोती केड़ी सोहनी है उस सिर से बह चली आँदी बज बज के भी ना मैं तो आख्या मेरे को पता कि हिस्से तो दे छी है कोई वही खोती जो है साढ़े को गदे नहीं अबा लगी वत्ते हाली चौन सोहनी है निके फल मामा हर शौक हट के जिस तरह देख करें गल जीत एरिया मुकदी क्यों आते हैं पोत रोवे तो मां प्यो नूं फिकर काई नहीं आती कर्मां दीआं धीआं होवन ना तो मां प्यो नूं बहुत फिकर आती है कि पता नहीं वो तेरी खैर होवे तेरी खैर होवे बाबा जी ठीक है पुत्र ठीक जी किते क्यों आया पुत्र किते जाना है बाबा जी हां जेंदा मां प्यो ना होवे अड्डे तो बुंदा बच्चा जी और की करना है क्यों मेरा पुत्र दिल नहीं लगदा वैसे मोड़ अड्डे ते इधे चक्कर ला इधे चक्कर ला इधे चक्कर ला दिल रोन के लाई रखे बाबा जी और मकी करना हां हुन मोर माया के बहन को कोई दुख सुख पूछिया मां दा सिया मां बहन दी तबीयत पूछिया मां बोले बहन जी बनाइए हां एवे एवे गल तो बुरा ही लगना चाहिए ना बहन दा बिल्कुल एवे गल है पुत्र बहन दी दुख दी गल ना सुनया मां सुनाया मां भाई मैंने की बिकती आज की होया है अलग की आज होया पोतरा तो रोट छोटी खादी पुत्र हां खादी है जी रात में गया मु होटल ते हां वो नंद को रोटी मंगिया उना एक रोटी दीती हला ओ मुड़ अद्धी रात खादी ते दी मुड़ मैं के रख ले दी किने हला सुबह का तो सुबह में कोई देवे ही ना खेत में दियो रख ले ते खा ले हुन मर जियो ना चंगा ते कमला तो रहा आ गया कर एक बहन को रोटी खा ले कर हां नहीं बाबा चंगा नहीं लगता पे ओ घर आ रहा थे ते मैं किने जावा ते मुंगा पे रोटी दियो पे मैं खानी शर्म आंदा है बाबा भई ओ थोड़ी थी जवान है मैं भी तो जवान ही हां भई ओ गला तो आंदा है बाबा जी मोर तुसी और दे ते ला जातो मेरा पुत्र ए दसो जे ना दे मां प्यो ना होवे क्या ओ कोई किसी दा हक नहीं उन पुत्र बनावणगा हक तो आंदा है सच्ची माँ प्यो वाला प्यार नहीं जिंदा बाबा वाकया है गल वाकया है जेंदी माँ प्यो को नहीं होने पता है भाई माँ प्यो ना होवे तो की होंदा है बाबा एक ते दिनदारा दी दुकान बने सुनी उसने बहु बड़ी दुकान है दाने बोरियां लांदियां ते सब्जी सब्जी हर शे उनांदे कोल होंदी है मैं कल उनांदे कोल गया माया क्या है भाई मैंने काम तो रख ले हो हला ओना क्या है भाई तू 20 साल दे दा आप तो तेन की मेरे की है तेरी सर माया क्या भाई मैं 20 साल बोरे में परसा हां निक्के निक्के बोरे परसा मोए अपने मोढे ते रख के ते गड्डी है टोट ते पेशाब दे मैंने किदे लाज बे मौ तू ला के रखे ता फिर बाबा जी ओना क्या भाई 20 साल दे दा तू आप तो की 20 साल भरने
ਕੀ ਤੋ ਪਾਉਣਾ ਮੋੜ ਮੈਂ ਕੋਖੇ ਤੇ ਗਿਆ ਇੱਕ ਤੇ ਮਾਇਆ ਕਹਿ ਬਈ ਮੈਨੂੰ ਚਾਹ ਸ਼ਾਹ ਕਾ ਰੱਖ ਲੈ ਬਈ ਤੁਸੀਂ ਬਕਿਆ ਹੈ ਮੈਂ ਕਿਤੇ ਕਿਹ ਨਾ ਆਖਿਆ ਬਈ ਚਾਹ ਦੇ ਜਾ ਮੂਦ ਦੇ ਜਾ ਤਾਂ ਬਈ ਸਾਰਾ ਕਰੇ ਤਾਂ ਤੇ ਉਹਨਾਂ ਆਖਿਆ ਬਈ ਇੰਜੇ ਤੂੰ ਕੱਪ ਬਣੇ ਨਵਾਂਦਰ ਪਰ ਗੁੱਲਰ ਜਿੱਤਰ ਜਿਹੜੇ ਸਾਰਾ ਤੇ ਕੰਮਾਂ ਕਰਨ ਬਣਾਇਆ ਬਾਬਾ ਜੀ ਵੈਸੇ ਦੱਸੋ ਨਾ ਬਈ ਨਿੱਕਿਆਂ ਵਿੱਚ ਜ਼ਹਿਨ ਕੋਈ ਨਹੀਂ ਹੁੰਦਾ ਨਿੱਕਾ ਕੱਟ ਅੱਲਾ ਹੀ ਬਣਾਇਆ ਇਹਨਾਂ ਨਿੱਕੇ ਵਿੱਚ ਕੁਲ ਕੋਈ ਨਹੀਂ ਹੁੰਦਾ ਨਿੱਕੇ ਕੰਮ ਨਹੀਂ ਕਰ ਸਕਦੇ ਨਿੱਕੇ ਮੇਰਾ ਪੁੱਤਰ ਬਹੁਤ ਸਿਆਣੇ ਹੁੰਦੇ ਨੇ ਤੇ ਬਹੁਤ ਕਰਮਾਂ ਵਾਲੇ ਹੁੰਦੇ ਨੇ ਤੇ ਸੱਚੇ ਹੁੰਦੇ ਨੇ ਤੇ ਨਾਲੇ ਇਹ ਦੱਸ ਲੋਕੀਆ ਬਈ ਤੂੰ ਸਾਡਾ ਲੱਗਦਾ ਵੀ ਕੁਝ ਨੋ ਤੇ ਮੈਨੂੰ ਪਿਆਰਾ ਕਿਉਂ ਲੱਗਦਾ ਇਤਨਾ ਤੂੰ ਉਹ ਤਾਂ ਅੱਲਾ ਨੂੰ ਪਤਾ ਮਾਂ ਪਿਓ ਮਰ ਗਿਆ ਬਿੱਜੂ ਮੈਂ ਰੋਲ ਗਿਆ ਮੈਂ ਅੱਲਾ ਕੋਲ ਦੁਆ ਮੰਗਦਾ ਅੱਲਾ ਸੋਣਾ ਕੋਈ ਐਸਾ ਵਸੀਲਾ ਬਣਾ ਮੇਰਾ ਮਾਂ ਪੀ ਦੁਬਾਰਾ ਆ ਜਾਵੇ ਜ਼ਿੰਦਗੀ ਸਾਰੀ ਦੁਬਾਰਾ ਹੋਵੇ ਮੈਂ ਦੁਬਾਰਾ ਜੰਮਾ ਮੈਂ ਦੁਬਾਰਾ ਜੰਮਾ ਮੈਂ ਦੁਬਾਰਾ ਮਾਂ ਦੁੱਧ ਦੇਵੇ ਮੈਂ ਮਾਂ ਆਪਣੀ ਵੇਖਾ ਮੈਂ ਨਿੱਕੇ ਜਾਵਾਂ ਮੇਰੀ ਮਾਂ ਮਰ ਗਈ ਆ ਮੈਂ ਆਖਾਂ ਮੈਂ ਕਲਮਾ ਮੇਰੀ ਮਾਂ ਮਰ ਗਈ ਮੈਂ ਜੰਮਿਆ ਤਾਂ ਬਾਬਾ ਜੀ ਮਾਂ ਪਿਓ ਹੋਵੇ ਨਾ ਪੁੱਤਰ ਕੋਈ ਜੋ ਹੀ ਗੰਦਾ ਹੋਵੇ ਜਿੰਨਾ ਹੀ ਗੰਦਾ ਹੋਵੇ ਮਾਂ ਪਿਓ ਕੱਜ ਲੈਂਦਾ ਅੱਜ ਮੈਂ ਵੇਖਿਆ ਕੋਈ ਬਾਲ ਜਾਂ ਛੋੜ ਕੋਈ ਕਾਮਯਾਬ ਬਣਨ ਦੀ ਜਾਂ ਲਾਇਕ ਬਣਨ ਦੀ ਕੋਸ਼ਿਸ਼ ਕਰੇ ਨਾ ਆਹ ਸਾਰੀ ਦੁਨੀਆਂ ਨਹੀਂ ਕਰਨ ਬਣਨ ਦਿੰਦੀ ਮਾਂ ਤਾਂ ਅੱਲਾ ਤੋਂ ਇੱਕਾ ਹੀ ਖੁਆਇਸ਼ ਕੀਤੀ ਹੈ ਮੈਨੂੰ ਮਾਰ ਗਾਤੋ ਨਾ ਮੇਰਾ ਪੁੱਤਰ ਆਹ ਲੋਕਾਂ ਦੇ ਮਾਂ ਮੇਲੇ ਨਾ ਸੁਣਾ ਨਾ ਸੁਣਾ ਨਾ ਮੇਰਾ ਪੁੱਤਰ ਨਾ ਤੇਰੇ ਵਰਗੀ ਔਲਾਦ ਤਾਂ ਬਦਕਿਸਮਤ ਮਾਂ ਪਿਓ ਹੋਵੇ ਜਿਹੜਾ ਛੋੜ ਕੇ ਜਾਵੇ ਪਰ ਉਹਨਾਂ ਦੇ ਮੁਕੱਦਰ ਉਹਨਾਂ ਦੀ ਜ਼ਿੰਦਗੀ ਇਤਨੀ ਇਕਾ ਮੇਰਾ ਪੁੱਤਰ ਬਾਕੀ ਜਿਹੜੀ ਤੇਰੀ ਜ਼ਿੰਦਗੀ ਹੈ ਨਾ ਉਹ ਤੋਂ ਆਪਣੀ ਪੂਰੀ ਕਰਨੀ ਹੈ ਬਿਲਕੁਲ ਤੂੰ ਆਪਣੇ ਕੋਸ਼ਿਸ਼ ਕਰੇ ਨਾ ਮੈਂ ਚੰਗਾ ਹੋਵਾਂ ਪਰ ਤੈਨੂੰ ਦੁਨੀਆ ਚੰਗਿਆ ਨਹੀਂ ਸਮਝਦੀ ਕਿਉਂ ਇਸ ਵਾਸਤੇ ਕਿ ਤੇਰਾ ਮਾਂ ਪਿਓ ਤੇਰੇ ਸਿਰ ਤੇ ਕੋਈ ਨਹੀਂ ਇਸ ਵਜ੍ਹਾ ਤੋਂ ਹਾਂਜੀ ਮੇਰਾ ਪੁੱਤਰ ਤੈਨੂੰ ਕਦੀ ਵੀ ਭੁੱਖ ਲੱਗੇ ਜਾਂ ਮਾਂ ਪਿਓ ਦੀ ਯਾਦ ਆਵੇ ਤਾਂ ਆਪਣੇ ਭੈਣ ਕੋਲ ਤੇ ਮੇਰੇ ਕੋਲ ਆ ਗਿਆ ਕਰ ਸਾਰੀਆਂ ਦੁੱਖ ਦੀਆਂ ਸਾਡੇ ਕੋਲ ਕੀਤੀਆਂ ਕਰ ਕਿਉਂਕਿ ਜਿਸ ਵਕਤ ਤੂੰ ਦਿਲ ਦੀਆਂ ਕਰੇਸੀਆਂ ਨਾ ਸਾਡੇ ਕੋਲ ਤੇਰਾ ਮਨ ਦਾ ਬੋਝ ਸਾਰਾ ਹੌਲਾ ਹੋ ਜਾਸੀ ਤੇ ਤੈਨੂੰ ਕਾਹੀ ਟੈਨਸ਼ਨ ਨਾ ਪੁੱਤਰ ਸੀ ਤੂੰ ਇੰਝ ਕਰ ਮੈਨੂੰ ਮਲੂਮ ਹੁੰਦਾ ਤੂੰ ਭੁੱਖ ਹੈ ਮੇਰਾ ਪੁੱਤਰ ਜਾ ਭੈਣ ਕੋਲ ਤੇ ਜਾ ਰੋਟੀ ਮੇਰਾ ਪੁੱਤਰ ਖਾ ਨਹੀਂ ਰੋਟੀ ਤਾਂ ਮੈਂ ਖਾਧੀ ਏ ਅੱਛਾ ਦੁੱਧ ਜਾ ਮਿੱਠਾ ਕਰਾ ਕੇ ਭੈਣ ਨੂੰ ਆਖਦੇ ਦੁੱਧ ਮਿੱਠਾ ਕਰਕੇ ਦੇ ਜਾ ਮੇਰਾ ਪੁੱਤਰ ਬਾਬਾ ਜੀ ਮੈਨੂੰ ਡਰ ਲੱਗਦਾ ਵੀ ਤੁਸੀਂ ਮੇਰੇ ਮਾਂ ਪਿਓ ਤੂੰ ਇਸ ਤਰ੍ਹਾਂ ਕੀਤਾ ਕਰ ਤੂੰ ਮੈਨੂੰ ਮਾਂ ਵੀ ਸਮਝਿਆ ਕਰ ਤੇ ਪਿਓ ਵੀ ਸਮਝਿਆ ਕਰ ਤੇ ਆਹ ਤੇਰੀ ਭੈਣ ਹੈ ਉਹ ਤੇਰੀ ਵੱਡੀ ਭੈਣ ਵੀ ਤੇ ਤੇਰੀ ਮਾਂ ਵੀ ਹੈ ਹੈ ਤੇ ਤੂੰ ਸਾਡੇ ਕੋਲ ਪੁੱਤਰ ਆ ਗਿਆ ਕਰ ਠੀਕ ਆਹ ਉਹ ਭੈਣ ਸਮਝੀ ਵਾਹ ਮੇਰਾ ਮਾਲਕਾ ਵਾਹ ਕਿ ਜਿਨ੍ਹਾਂ ਤੇ ਮਾਂ ਪਿਓ ਹੈ ਉਹਨਾਂ ਨੂੰ ਕਦਰ ਕਾਇ ਦੇ ਤੇ ਜਿਨ੍ਹਾਂ ਤੇ ਨਹੀਂ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਦਿੰਦਾ ਵਾ ਅਲਾ ਸੁਣਾ ਕਸ਼ ਖਾਧੀ ਪੀਤੀ ਹੈ ਮਾਂ ਰਜਿਆ ਹੋਣਾ ਚੰਗਾ ਪੱਕਾ ਪੱਕੀ ਗੱਲ ਹੈ ਹੁਣ ਮੈਂ ਦੱਸ ਬੇ ਧੰਮੀ ਦਾ ਹੁਣ ਤੱਕ ਆਇਆ ਕਿਉਂ ਨਾ ਉਹ ਮੁਰ ਛੇੜਦਾ ਵਤਿਆ ਮੁਰ ਕੀ ਇੱਥੇ ਆ ਕੇ ਕਰਨਾ ਮੁਰ ਮੈਂ ਕਿ ਭੈਣ ਕੋਲ ਹੀ ਹੋ ਹੁੰਦਾ ਪਤਾ ਨਹੀਂ ਭੈਣ ਦੀ ਤਬੀਅਤ ਕੀ ਹੋ ਸੀ ਅਲਾ ਇਹ ਮੈਂ ਦੱਸੋ ਹਾਂਜੀ ਸ਼ਹਿਜ਼ਾਦ ਕਿਦਾਂ ਟਕਰੇ ਨਹੀਂ ਮੈਨੂੰ ਮਾਂ ਉਹ ਇੱਦਾਂ ਹੀ ਤਾਂ ਤੂੰ ਇੱਦਾਂ ਗਿਆ ਮੂੰ ਬਈ ਭਾਈ ਭਾਈ ਸ਼ਹਿਜ਼ਾਦ ਮੈਂ ਟਕਰੇ ਮੈਂ ਉਹਨਾਂ ਨੂੰ ਗੱਲ ਦੱਸਾਂ ਅੱਬੂ ਮੇਰੇ ਨਾਲ ਕੀ ਗੱਲ ਕਰੇਂ ਦਾ ਪਿਆ ਓ ਕੋਈ ਨਹੀਂ ਕੋਈ ਸਾਡੇ ਬਾਰੇ ਤਾਂ ਨਾ ਦੱਸੀ ਨਹੀਂ ਭੈਣ ਭਰੋਸਾ ਉੱਠ ਗਈ ਨਾ ਨਹੀਂ ਨੌਕੀਆ ਭਰੋਸਾ ਤੇਰੇ ਤੇ ਤਾਂ ਮੈਨੂੰ ਆਪਣੇ ਆਪ ਤੋਂ ਵੀ ਵੱਧ ਕੇ ਭਰੋਸਾ ਹੈ ਇਹ ਗੱਲ ਹੈ ਪਤਾ ਹੈ ਨੌਕੀਆ ਕਦੀ ਕਦੀ ਇੰਜ ਲੱਗਦਾ ਹੈ ਕਿ ਜਿਵੇਂ ਤੂੰ ਤੇ ਮੈਂ ਸੱਕੇ ਭੈਣ ਵੀ ਰਹਾ ਹਾਂ ਮੈਨੂੰ ਇੰਜ ਲੱਗਦਾ ਸਹੀ ਗੱਲ ਹੈ ਮੈਂ ਤਾਂ ਤੂੰ ਮੈਂ ਤੁਹਾਡੇ ਦੁੱਖ ਸੁੱਖ ਪੁੱਛਣ ਆ ਜਾਂਦਾ ਭੈਣ ਜੋ ਹੈ ਮੇਰੀ ਮੁੜ ਦੁੱਖ ਸੁੱਖ ਨਾ ਪੁੱਛਾਂ ਭੈਣ ਕੀ ਸੀ ਸੀ ਬਈ ਚੰਗਾ ਵਿਆਹ ਬਣ ਗਿਆ ਬਈ ਆਕ ਦੁੱਖ ਸੁੱਖ ਕਿਨੇ ਪੁੱਛਦਾ ਕਿਰੇ ਰਹਿੰਦਾ ਹੈ ਤੇ ਸਿਹਤ ਮੂੰਹ ਮੈਂ ਆ ਜਾਂਦਾ ਅੱਲਾ ਤੈਨੂੰ ਸੁੱਖ ਦੇਵੇ ਨੌਕੀਆ ਤੇ ਖੁਸ਼ ਰਹੇ ਇਨਸ਼ਾਅੱਲਾ ਲਾਈ ਆਮੀ ਅੱਲਾ ਤੁਹਾਨੂੰ ਵੀ ਖੁਸ਼ ਰੱਖੇ ਥੋੜੀ ਜੀ ਪਰੇਸ਼ਾਨ ਹਾਂ ਇੱਕ ਤਾਂ ਸਵੇਰ ਦੀ ਸ਼ਹਿਜ਼ਾਦ ਨਾਲ ਹੀ ਕਾਇਨੀ ਗੱਲ ਹੋਈ ਤੇ ਨਾਲੇ ਅੱਬੂ ਜਿਹੜਾ ਨਾ ਗੱਲਾਂ ਗੱਲਾਂ ਦੇ ਵਿੱਚ ਬੜੀ ਗੱਲ ਸਮਝਾ ਗਿਆ ਹੈ ਕਿਹੜੀ ਅੱਬੂ ਆਦਾ ਪਿਆ ਕਿ ਮੈਂ ਤੇਰੀ ਹਰ ਖੁਆਇਸ਼ ਪੂਰੀ ਕਰ ਸਕਣਾ ਹਾਂਜੀ ਲੇਕਿਨ ਜਿਹੜੀਆਂ ਧੀਆਂ ਬੋਲ ਕੇ ਫੈਸਲਾ ਕਰਦੀਆਂ ਨਾ ਕਿ ਮੈਂ ਫਲਾਣੇ ਨਾਲ ਸ਼ਾਦੀ ਕਰਨੀ ਫਲਾਣੇ ਨਾਲ ਇਹ ਕੰਮ ਇੱਥੋਂ ਕੋਈ ਨਹੀਂ ਆਉਣਾ ਨੋਕੀਆ ਤੂੰ ਤੇ ਰੋਂਦਾ ਹੈ ਨਾ ਕਿ ਮੇਰੀ ਮਾਂ ਪਿਓ ਮਰ ਗਿਆ ਤੇ ਮੇਰਾ ਸੁਣਨ ਵਾਲਾ ਕੋਈ
ये गल नहीं। मैं तो पूछे ना कि मेरी मां मोई है तो मैं लगता है कि जिमें जिस दिन मैं मुँह चो ये गल कढ़नी है भाई मैं शादी करनी अपनी मर्जी की मैं लगता मेरे प्यो मैं सदे मार गतना नहीं बोली गल कि सोच रही मैं मने सहना मंजी चाह के मेरा तो दिल डर गया मैं भावे तो नौकिया कोई गड़ा बनी खला मैं क्यों मैं दस बी मां प्यो की याद आई अपनी बहन समझा कर तू जैन गल सोच करके मैं गए तो मेन को जाग सन तू अज एक मेरे वादा कर मेन बहन सदेना आप ही सदेना बाली सदेना अज मेरे एक वादा कर अज तो बाद तो रोटी त्रै टाइम साढ़े कोलो खावनी है ठीक है तो बाहर किसे को रोटी नहीं मंगनी किसे दे घर चोरी नहीं करनी ठीक है वादा हो गया और स्कूल ते दाखिल करावा पढ़ से नहीं बाली है मैं को नहीं मनानी अच्छा कुरान ता पढ़ से कुरान पढ़ से मैं स्कूल को नहीं जाना उस्ताद बहु डांटे होंगे ठीक है कुरान पढ़ हां जी छे कलमे याद करने नहीं नमाज याद करनी है ठीक हो गया मेरे नाल वादा कर बोल मैं पंजे वक्त दी नमाज पढ़नी है दुआ मंगनी है भाई थोड़ा प्यो सलामत रहे ते शादी दोबारा इंजे तरह हो जावे दोबारा मुंह च निकल के शादी हो जावे बोल मेरी बहन खुशी रहे मैं भी खुश होवां मेरी शादी हो गई ना वादा रहा तेरे नाल शहजाद नाल हां जी मैं ते नाल लाए के वगदा मैं पहली शर्त ही शहजाद दे गए रखनी है के नोकिया साडे नाल रहना तेन पता शहजाद वैसे ही तेन बहुत प्यार करे बहुत प्यार करे ना मैं चक्कर ना मैं सब नाल पहले सारे काम छोड़ के मैं थब्बी हिन्ने लेन देनो आने तू मेरा छोटा भरा है तू मेरा पोतर है ते तू जेड़ा ना आज तू बादे नहीं सोचना के तू कल्ला पता है नोकिया अल्लाह पाक ना अगर किसी यतीम मस्कीन करेंदा है ना ते ओ उस ते खोंदी इम्तिहान दी घड़ी और ओ बच्चा होवे लड़की होवे या लड़का होवे ये अगर उस पर डिपेंड करेंदा कि क्या वो अच्छे कमां दे विच अपनी जिंदगी रोन के रखता है या वो बुरे कमां ते लगता है हुण अल्लाह तेरे हाथ ही फैसला छड्डिया है तू एक चोर डकेट बनना है या एक अच्छा इंसान बनना है और रही गल रब दे उते शिकवा नहीं करेंदा रब जो करदा बेहतर करदा उस दियां ओ ही जाने तेरा तो पूरा खानदान खत्म हो गया मां प्यो कोई भी नहीं मिथे भी तो मां कोई नहीं बहन बिरा कोई नहीं ते इस विच खुदा नू पता कई बेहतरी हो सी जिस हाल च भी होवो जिस जिवे भी होवो रब दा शुक्र अदा कीता कर परेशान ना होया कर ठीक है आज लगदा है मोर चार गिलास सच्चन क्योंकि तन गल कर दे नींद आ गई नहीं ये पता नहीं थोड़ी पिंदे आए ना कमजोरी तू या पता नहीं आ हवा घुली खली है इसकी वजह तू अगे धम्मी अब्बू और भी आधे पयान बतू बहु समदी है आ हकीम कोई दवाई ले ले हुआ कमजोरी ने आपने दसेंदे पे कोई माँ प्यो नू रो रहा है कोई माँ नू रो रहा है ते कुछ माँ प्यो ऐसे संग दे लेन के औलाद दी सुनना चाहते ही नहीं तेरिया तू ही जाने मेरा मालिक खालिक बस ते जिस हाल च रखे तेरा शुक्र अदा कर दिया लोके काम कोई नहीं तेन लभदा कोई काम कर ला काम की मेरी बहन मैं जानना हो नसास कहते ना निकल जाए तू सारा बाली वेखना दुनिया ऐसी है नोकिया के कोई अगर सच्चा इंसान या बनना चाहे ना एक अच्छा इंसान ये दुनिया नहीं बनन देंदी ऐसे जालिम पैन ना
कि हुण क्यों आखे तू काम नहीं कर सकदा, तू कोई दस्या बे मेरी उम्र तो 17-18 साल है। मैं दस्या उन्हें मुड़ भी आखे तू जान करे से, तू चोरी करे से। मैं क्या मां चोरी वाला काम किता ही नहीं कदी। लेकिन नोकिया एक वादा कर तू मेरे नाल, तेनू ये दुनिया जितना तंग करे जितना जलील करे तू चोर नहीं बनना। ठीक है, मैं तेरे मुंह चे गल ना सुना के मेनू काम नहीं लद्दा ते मैं चोर बन गया। मेरी बहन बेफिकर हो जे, मैं मांग के खा लेता। जिंदगी साडे कोल अल्लाह दी अमानत है। बिल्कुल, ते असी अगा जाके अल्लाह नू की मुंह विखावना कि असी चोर डकेट बने आ, असी बैड़िया कम्मा ते लगे आ। नहीं, तेनू रोटी चाहीदी, पैसे चाहीदे नी, मैं देसा, लेकिन तू गलत कम्मा ते नहीं लगना। मैं मांग के खा ले फिर, लेकिन चोरी नहीं करनी। जमीर गंदा कर ले, कपड़े गंदे कर ले तो जमीर गंदा नहीं करना। अच्छा मेरी गल सुन, शाबाश। तू पता की करे, तू शहजाद अल जा, उसनू आखो बई बालिया दी पई है, एक तो मेरे अल फोन कर, मेरे को बैलेंस कोई नहीं, मैं मिस कॉल शायद दी थी, उसकी इतनी काई नहीं। ते दूसरा उसनू ये गल तो करनी है कि बालिया दी पई है कि तेन कोई काम लभ के देवे, उस तेन कि काम ते लवाया ना तो सही राशि नहीं, ते उसनू आख बे बालिया दी पई है कि भाई मैं तेरे नाल राणा, जे उदे नहीं तो मुड़ मेरे को राणे, तो आज तो बाद बार रुलना नहीं। ठीक है मेरी बहन, बाद आ रहा है। और अब्बू तो पूछे ना किदे जाऊं है, ते दसी ना पिया के मैं शहजाद अल जाऊं, मैं आखा मैं खेडन जांदा, ते ओदा प्यो भी तो पूछे किदे आया, तां की अक्से तो अक्सा भी वैसे ब्याह मिलन आया, दिल उदरिया ते मिलन आ। बस ठीक है, ठीक है, अपना ख्याल रखियो। और रोटी खादी हुई है आज के बना नोकिया? हां जी। कदी कदी मेरा दिल करता है कि अल्लाह पाक पता नहीं तेरे तो किस चीज का बदला ले आए। तेरे ते माँ प्यो कोई रिश्तेदार कोई भी कोई नहीं, पर मुड़ भी तू इतना हंसता रहना है, खुश रहना है। हंसना पंदा है जी, माँ प्यो नहीं था दुनिया की अक्ति है, रोल गया तो मैं माँ से तू जुलम करे थे, नहीं देख माया ना भी उन्हें नहीं पता लगे माँ प्यो तो पीछे चुकी है। अच्छा तन पता है मेरी माँ जसोई है। मुबारक हुने जी, बोली तो मुड़ पिंदे हो। बोली तेन भी दे सा, तू भी आवी राती कट्टी वेखी है। ऐसा मैं नहीं खेली है यार। हाँ कट्टी है ही, ते इना विच बीमार हो गई आ। की बनाई? पता नहीं की गल है, वाल जाए खावन लग गई ते लीरू जी खावन लग गई। मैं मुड़ना अबे मैं क्या अब्बा मेरी मज भी बीमार हो जासी अगर इन कुछ बनिया था। अबे के की ता अपना लित्तर जड़ा है ना डॉक्टर मुड़ नहीं आया खलोता जरूरी गल करनी मैं तुहाडे नाल। ठीक हो गया, जल्दी जा। वाह मेरे अल्लाह, इस बच्चे का की कसूर है, इस दिन मुंह ते यतीमी मस्कीनी लिख छड़ी गई, जिहड़ा दुनिया दी ठोकरां खांदा वदा है, अपनी जिंदगी दे बारे भी उसका उदू उहदा कद निक्का, उदू माँ प्यो ना रहा, खानदान च कोई ना रहा, इस भी ते अपनी जिंदगी साम पाल के वड्डे अपने आप नूं करना है। क्या बात है, रेहड़िया तो मैं लगी हुई वेखी पर जरा स्वाद है आप बुन के खावे ओ लून है गेड़ी दे के लो पाई जान 50 रुपया तो 100 रुपया हाए बंदा जिदा भी मसरूफ अपने आप रखे ना मुड़ भी बंदा ना परेशान हो ही जाता है पता नहीं कि दे आना जो अबे आखना तू मेरा पोत्र है
सारा कुछ मैं तेरे वास्ते करना है। सोच रही तो होनी है, ना फोन किया ना मैसेज किया ना ही उस पास गया। चलो साढ़े गुल्लोरा घूमते सारा, मैं लगता अजकल ढेर नहीं मसरूफ हो गया, वेला मसरूफ, अगे चंगा भला आ जाता ही हूँ भी कोई नहीं आता, पता नहीं कि लग गया समझ का नहीं आती, काम धंधा भी उन्होंने कोई नहीं, तो बस याद भी होनी बे सारी मुंडा तुम चलिए खवा एक बार वेले पूछा मैं वाकई याद। बारिश देनी तो हनेरी आई तो सन भी चंगे वाले नाते दूरों दूर कर छा चंगे भले बंदे दी ना तबीयत ढीली हो जाती है, मूड ओहदा खराब हो जाता है, इसलिए मां प्यो कहने कच्ची पक्की करके देना ला बला तो मैं खानी और क्या खानी बैंक तू तो ध्यान मैं कला बाबा ही है, मेरे प्यो ही है, मुझे नहीं पता है आलिया बाबा उमर यार बहन भी है तो तेरी भरजाई भी है, दो साल को भरजाई मेरे लो तो बहन तेरे आप भी चले माले ही दस होगी उधर क्यों नहीं यार मुझे तो मैं तो गले होना से भी मेरे फोन बैलेंस कोई नहीं कॉल करो कोई जरूरी से जरूरी से जरूरी कॉल करनी यार कॉल दरवाला कोई ना कॉल लब्बे मोबाइल चाल यार मैं किसी भी घंटे मोबाइल के बिच बड़े रहना कोई होर धंधा भी है मैं क्या अब्बा बस मैं बेली दोस्त हूं सके बड़े बेली दोस्त हैं भाई सारे दिन तेरे नाल ये पठियां ची होंदे होर कड़े बेली दोस्त हैं यार नो के एक गल दस ना नहीं आंदी केड़ी गल देख ला तू रोंदा वदा ना मैं लेके मां पे तू ना ते मैं रोंदा वदा ना मां पे है लेकिन ओ औलाद दी मंदी कोई मंदे को नहीं देखो ना दुनिया में बेच भी ना किस शायद कमी जरूर है बिल्कुल ये गल मैं मां पे दिए दुश्मनी प्यो दादे पुरानी हूं भी कड़ी वजन जो ना पुराने वैर चाहिए साप आला वैर है कुट के सहा लेना अपने घर सामने मेरे मां प्यो दी याद सामने याद कोई नी कामयाब हो जाते ना चंगा भला नवा घर बना ले बकरी नी बकरी खराब होया खड़ा वास्ते मैं फक्की लाया फक्की
परेशान होंगी मैं परेशान की एक दूसरे ने बंदा दो तकलीफ दी रखे तो परेशानियां दी रखे ए गल याद रख कि मैं बहन से ले जानी करू मैं दो इनको के ले जाऊं भैया सारियां ले जाओ दो तो जान में बाहर देना कमले आला ठीक है अब मैं जी गल में ठीक हो गया शुक्र है ए मान ने अल्लाह से मैं कहना शायद दे मेरा मां पे ने ए मेरे मां पे तो बहुत प्यार करेंगे मां पे होन दे ना कोई ना ना करना शुक्र मेरे मालिका ए तो प्यार करेंगे ना दुनिया में मेरे दिल का रखिया बदलना तो मैं दिल का बोलना मैं जैसा बहन करता आप ही करता वो रोटी करता सही जाता तो शाम में होना रही बिगड़ दिए जान रब्बू हम भी चली तो मैं जैसा चलिए घूमता नमाज ही पढ़ता मैं मेरी आप क्या तेरे में सबक दे होना ते तेरे में पढ़ावना ये कुरान ऐसे कुरान याद ही करना सुनावना जो कच्चा तो कल पा के मरना जल्दी जल्दी पूछो बागी मार जाइए मुमताज है हाँ जी मैं तेन कितनी वेरी दसिया भाई जदों से थोड़े बाजार आओ नहीं लगते तेरे छुआर का की काम है साढ़े बाजार आओ लगना भाई हूँ बाजार है कदी गलती ना बंदा लग जावे तो मुड़े इतने हूँ बाजार थोड़ा हो गया तो हूँ बाजार भाई थोड़ा बाजार ला मैं साडा ला मैं जो साडा एक दूसरा लैंक तला की कोई नहीं थोड़ा की काम है साढ़े बाजार है लगना तेन मोहम्मद यार है पता है कि मैं तेन आप नहीं वेखना चाहता मेरा दिल आंदा भी मैं तेरे बाजार चुका तू बार बार मत्थे लगता है बार बार मत्थे लगता है सिर्फ मेरे तू अंदा साड़ा बनया खड़ोता है लेकिन एक गल दस ला मुमताज के चार वेरी हो चुकी हैं मैं उन्हें माफी दी है हूँ तेरा चोर उस बाजार चु लग से तो वो रात कुत्ते पीसन गए वो तेरे हाथों की बोटी भी ना मैं आवन देसा ये तेरू अज गल मैं याद याद मेरी रख लवी क्योंकि मैं बर्दाश्त बहु की तू अज तई मैनू इवें सोचा भी कुत्ता फौकदा पिया मैं कि आता पिया मेरा चोर जिसे मर्जी कह लेकिन नित अनेर नू बचते बंदे हूँ अनेर की कोई काम नहीं साढ़े बाजार है मत्थे लगना ही जोर में तू मोड़ भी साढ़े बाजार मोड़ तू लगना है मामन यार गैरत गैरत आना असी केड़ी बेइज्जती कर दी है दस तेन इंज नहीं पता लगना तेन हूं उदो पता लगना जी दीवार तो अपना पुत्र मरा बना इतनी गल तेन मैं दसनी आई आते हूँ मैं जाना प्यो अगर जी अगर चोर कुंजींदा ही तो उन्हें कुंज ला जे नौ कुंजींदा तो मोड़ बाद पछतांदा रस है मेरी एक गल सुन ले मामा यार एस मैनू मेहना जरा तू मारे है ना असी हथा कोई चूड़ियां नहीं पाई हुई मेरे छोर आलू को वेख के तो नजर वेखे जरा वेख मैं की करदा हूँ तेन चूड़ियां नहीं विखेसा तेन विखेसा मैं गजरे किवें भजदे मैं तेन बन के विखेसा वेख लैसा मैं नाडू खां तो वेख